ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਰੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕਿਸੇ ਅਜਿਹੀ ਸ਼ਖਸੀਅਤ ਨਾਲ ਮਿਲਾਉਂਦੇ ਹਾਂ ਜਿਸ ਨੇ ਸਮਾਜ ਦੇ ਵਿੱਚ ਕੁਛ ਵੱਖਰਾ ਕੀਤਾ ਹੁੰਦਾ, ਕੁਛ ਅਜਿਹਾ ਕੀਤਾ ਹੁੰਦਾ ਜਿਸ ਦਾ ਸਮਾਜ 'ਤੇ ਕਾਫੀ ਪ੍ਰਭਾਵ ਪੈਂਦਾ, ਔਰ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹ ਅੱਜ ਦਾ ਜੋ ਸਾਡਾ ਸਮਾਜ ਹੈ, ਅੱਜ ਦਾ ਵਾਤਾਵਰਨ, ਅੱਜ ਦੇ ਹਾਲਾਤ ਨੇ, ਉਹ ਖਰੀਆਂ ਖਰੀਆਂ ਉਹਦੇ ਟਿੱਪਣੀਆਂ ਕਰ ਸਕਣ। ਇਸੇ ਕਾਰਨ ਪ੍ਰੋਗਰਾਮ ਅਸੀਂ ਖਰੀਆਂ ਗੱਲਾਂ ਰੱਖਿਆ, ਇਸ ਦਾ ਨਾਮ। ਅੱਜ ਦਾ ਜਿਹੜਾ ਖਰੀਆਂ ਗੱਲਾਂ ਪ੍ਰੋਗਰਾਮ ਹੈ, ਉਹਦੇ 'ਚ ਜਿਸ ਸ਼ਖਸੀਅਤ ਨੂੰ ਤੁਹਾਡੇ ਨਾਲ ਮਿਲਾ ਰਹੇ ਹਾਂ, ਉਹ ਨੇ ਸਰਦਾਰ ਕੁਲਵੀਰ ਸਿੰਘ ਕੰਗ। ਕੰਗ ਸਾਹਿਬ ਜਿਹੜੇ ਨੇ, ਉਹ ਪਹਿਲਾਂ ਫੌਜ 'ਚ ਚਲੇ ਗਏ, ਸ਼ੋਰਟ ਸਰਵਿਸ ਕਮਿਸ਼ਨ, 5 ਸਾਲ ਬਾਅਦ ਉੱਥੋਂ ਉਹ ਆ ਕੇ ਉਹਨਾਂ ਨੇ PCS ਕੀਤੀ ਔਰ PCS ਔਫਿਸਰ ਬਣ ਗਏ। ਵੱਖ ਵੱਖ SDM ਜਾਂ ਹੋਰ ਜਿਹੜੀਆਂ ਪੋਸਟਿੰਗ ਸੀ ਉਹਨਾਂ ਦੇ ਹੋਈਆਂ, ਪ੍ਰਮੋਟ ਹੋ ਕੇ ਉਹ IS ਬਣ ਗਏ, ਅਤੇ IS ਤੋਂ ਬਾਅਦ ਉਹ ਕਮਿਸ਼ਨਰ ਰਹੇ, ਡਿਪਟੀ ਕਮਿਸ਼ਨਰ ਰਹੇ, ਪੁੱਡਾ ਦੇ ਜਿਹੜੇ ਹੈ ਇੰਚਾਰਜ ਰਹੇ, ਹੋਰ ਕਈ ਪੋਸਟਾਂ 'ਤੇ ਉਹਨਾਂ ਨੇ ਕੰਮ ਕੀਤਾ। ਤੋ ਇਹ ਸਾਰੇ ਜਿਹੜੇ ਪੋਸਟਾਂ 'ਤੇ ਕੰਮ ਕੀਤਾ, ਅਤੇ ਉਸ ਤੋਂ ਬਾਅਦ ਉਹ ਜਦੋਂ ਰਿਟਾਇਰ ਹੋ ਗਏ ਅਤੇ ਉਹ ਹੁਣ ਆਪਣੀ ਜਿਹੜੀ ਐਗਰੀਕਲਚਰ ਕਰ ਰਹੇ ਨੇ। ਫੌਜ ਤੋਂ ਲੈ ਕੇ ਜਿਹੜਾ ਸਿਵਲ ਸਰਵੈਂਟ ਦਾ ਜਿਹੜਾ ਉਹਨਾਂ ਦਾ ਸਫ਼ਰ ਹੈ, ਉਹਨਾਂ ਦਾ ਤਜਰਬਾ ਹੈ, ਉਹਦੀਆਂ ਗੱਲਾਂ ਕਰਾਂਗੇ, ਅਤੇ ਨਾਲ ਇਹ ਗੱਲਾਂ ਕਰਾਂਗੇ ਖਰੀਆਂ ਉਹਨਾਂ ਨਾਲ ਕਿ ਉਹਨਾਂ ਦੇ ਕਿਸ ਤਰ੍ਹਾਂ ਦੇ ਸੰਬੰਧ ਰਹੇ ਪੋਲੀਟੀਕਲ ਬੰਦਿਆਂ ਨਾਲ, ਕਿਸ ਤਰ੍ਹਾਂ ਦਾ ਸਾਡਾ ਬਿਊਰੋਕਰੈਟ ਦਾ ਸਿਸਟਮ ਹੈ। ਕੰਗ ਸਾਹਿਬ, ਤੁਹਾਡਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ। ਕੰਗ ਸਾਹਿਬ, ਤੁਸੀਂ ਬਹੁਤ ਸਾਰੀਆਂ ਪੋਸਟਾਂ 'ਤੇ ਕੰਮ ਕੀਤਾ ਜੀ, ਮੈਂ ਜਦੋਂ ਹੁਣ ਤੁਹਾਡਾ ਬਾਇਓਡਾਟਾ ਦੇਖ ਰਿਹਾ ਸੀ, ਪਹਿਲਾ ਸਵਾਲ ਹੀ ਇਹ ਹੈ ਜਿਹਦੇ 'ਚ ਸਾਡੇ ਦਰਸ਼ਕਾਂ ਦੀ ਦਿਲਚਸਪੀ ਹੈ, ਤੁਸੀਂ ਕਮਿਸ਼ਨਰ ਰਹੇ ਅੰਮ੍ਰਿਤਸਰ ਦੇ, ਨਵਜੋਤ ਸਿੰਘ ਸਿੱਧੂ ਉੱਥੇ ਸੀ ਮੇਰਾ ਖਿਆਲ ਹੈ ਉਦੋਂ MP ਸੀ, ਭਾਰਤੀ ਜਨਤਾ ਪਾਰਟੀ ਵੱਲੋਂ। ਹਾਂਜੀ। ਅੱਛਾ, ਤੁਸੀਂ ਬਹੁਤ ਸਾਰੇ ਮਿਨਿਸਟਰਜ਼ ਨਾਲ ਕੰਮ ਕੀਤਾ, ਅਬੋਹਰ ਰਹੇ, ਫਾਜ਼ਿਲਕਾ ਇਸ ਏਰੀਏ 'ਚ ਵੀ ਰਹੇ, ਸੁਨੀਲ ਜਾਖੜ ਦੇ ਏਰੀਏ 'ਚ ਵੀ ਕੰਮ ਕੀਤਾ ਤੁਸੀਂ, ਇਹ ਸਾਰੇ ਜਦੋਂ ਤੁਸੀਂ ਦੇਖਦੇ ਹੋ, ਮੇਰਾ ਪਹਿਲਾ ਸਵਾਲ ਹੀ ਹੈ, ਦਖਲਅੰਦਾਜ਼ੀ ਦੀਆਂ ਗੱਲਾਂ ਤਾਂ ਬਾਅਦ 'ਚ ਕਰਾਂਗੇ, ਪਹਿਲਾ ਸਵਾਲ ਹੀ ਹੈ ਇਹ ਜਿਹੜੇ ਪੋਲੀਟੀਕਲ ਬੰਦਿਆਂ ਨਾਲ ਤੁਹਾਡਾ ਤਜਰਬਾ ਕੈਸਾ ਰਿਹਾ? ਦੇਖੋ, ਐਕਚੁਲੀ ਸਿਖਾਇਆ ਹੀ ਇਹ ਜਾਂਦਾ ਹੈਗਾ ਕਿ ਪੋਲੀਟੀਕਲ ਬੰਦਿਆਂ ਤੋਂ ਥੋੜ੍ਹਾ ਜਿਹਾ ਆਪਣੀ ਰਾਈਟ ਸਾਈਡ 'ਤੇ ਰੱਖੋ ਜੇ ਤੁਸੀਂ ਆਪਣੀ ਨੌਕਰੀ ਸਹੀ ਕਰਨੀ ਹੈ ਜੀ। ਇਹ ਇੱਕ ਸਿਸਟਮ ਦਾ ਹਿੱਸਾ ਬਣ ਚੁੱਕਿਆ ਜਿਹੜਾ ਕਿ ਅਨਫੋਰਚੁਨੇਟ ਹੈਗਾ। ਹੁਣ ਅਸੀਂ ਆਏ ਸੀਗੇ ਫੌਜ 'ਚੋਂ ਜੀ, ਅਤੇ ਪੰਗਾ ਤਾਂ ਪੈਣਾ ਹੀ ਸੀਗਾ ਜੀ, ਹੁਣ ਉਹ ਗੱਲ ਸਾਨੂੰ ਛੇਤੀ 'ਚ ਇਹੀ ਸਮਝ ਨਹੀਂ ਸੀ ਆਉਂਦੀ ਕਿ ਇਹ ਕਹਿਣਾ ਕੀ ਚਾਹੁੰਦੇ ਨੇ ਅਤੇ ਸਭ ਤੋਂ ਚਾਹੁੰਦੇ ਕੀ ਨੇ ਅਲਟੀਮੇਟਲੀ, ਅਤੇ ਅਸੀਂ ਕਿਉਂ ਕਰੀਏ ਅਤੇ ਪੰਗਾ ਸਭ ਤੋਂ ਪਹਿਲਾਂ ਕੀ ਦੇਣਾ ਪਿਆ? ਸ਼ੁਰੂ 'ਚ ਬਲਰਾਮ ਜਾਖੜ ਜੀ ਸੀਗੇ ਜੀ। ਅੱਛਾ, ਉਹ ਚਾਹੁੰਦੇ ਕੀ ਸੀ? ਉਹ ਬਹੁਤ ਅੱਛੇ ਬੰਦੇ ਸੀ, ਉੱਥੇ ਇੱਕ ਝਗੜਾ ਜਿਹਾ ਹੋ ਗਿਆ ਛੋਟਾ ਜਿਹਾ। ਅੱਛਾ। ਅਤੇ ਉਹ ਮੈਨੂੰ ਕਹਿਣ ਲੱਗੇ ਕਿ ਬਈ ਇਹਨੂੰ ਤੁਸੀਂ ਇਹਦੀ ਇਨਕੁਆਇਰੀ ਕਰੋ। ਮੈਂ ਇਨਕੁਆਇਰੀ ਕਰ ਦਿੱਤੀ। ਅੱਛਾ। ਇਨਕੁਆਇਰੀ ਦੇ ਵਿੱਚ ਉਹਨਾਂ ਦੇ ਖਾਸ ਬੰਦੇ ਸੀ ਕੁਛ, ਸੱਚ ਦਾ ਸੱਚ ਲਿਆਦਾ ਤੁਸੀਂ, ਉਹ ਲਿਆ ਤਾਂ ਦੱਸਣਾ ਹੀ ਸੀਗਾ। ਅੱਛਾ। ਅਤੇ ਉਹ ਲੋਕ ਉੱਠ ਕੇ ਉੱਥੇ ਚਲੇ ਗਏ ਅਤੇ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਤਾਂ ਮੇਰੀ ਬੇੜੀਆਂ 'ਚ ਵੱਟੇ ਪਾਈ ਜਾਂਦਾ। ਮੈਂ ਕਿਹਾ ਸਰ ਇਹ ਤਾਂ ਗੱਲ ਨਹੀਂ ਗੀ। ਅਤੇ ਉਹ ਮੈਂ ਉਹਨੂੰ ਕਹਿੰਦੇ ਦੇਖੋ ਭਾਈ ਇਹ ਤੋਂ ਜੋ ਹੈ ਨਾ, ਇਹ ਤੋਂ ਹਮਾਰੇ ਬੰਦੇ ਜੋ ਹੈ ਉਹ ਤੋਂ ਨਾਰਾਜ਼ ਹੋ ਜਾਏਗੇ। ਮੈਂ ਕਿਹਾ ਸਰ ਸੱਚ ਦੇ ਗਏ ਜੇ ਕੋਈ ਨਾਰਾਜ਼ ਹੁੰਦਾ ਹੈ, ਅਤੇ ਮੈਂ ਕਿਹਾ ਸਰ ਮੈਂ ਤਾਂ ਫੌਜ 'ਚ ਰਿਹਾ, ਤੁਹਾਡਾ ਪਿੰਡ ਜਿਹੜਾ ਪੰਜਕੋਸੀ ਹੈਗਾ ਇਹ 12-14 ਕਿਲੋਮੀਟਰ ਦੂਰ ਹੈਗਾ ਅਤੇ ਬਾਰਡਰ ਤੋਂ, ਅਤੇ ਐਡੀ ਵੱਡੀ ਗੱਲ ਤਾਂ ਹੈ ਨਹੀਂ ਕਿ ਸਰ ਇਹ ਵੀ ਉਹ ਕਹਿੰਦੇ। ਲੇਕਿਨ ਉਹਨਾਂ 'ਚ ਇੱਕ ਬਹੁਤ ਵੱਡਾ ਗੁਣ ਸੀ, ਉਹਨਾਂ ਨੇ ਨਾਲ ਦੀ ਗੱਲ ਸਮਝੀ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਜੀ ਮੈਂ ਗਲਤ ਸਿਫਾਰਿਸ਼ ਤੇਰੇ ਕੋਲ ਕਦੇ ਨਹੀਂ ਕਰੂੰਗਾ, ਔਰ 5 ਸਾਲ ਮੈਨੂੰ ਉਹਨਾਂ ਨੇ ਉੱਥੇ ਅਬੋਹਰ ਕੰਮ ਕਰਨ ਦੀ ਉਹ ਇਜਾਜ਼ਤ ਦਿੱਤੀ ਜਿਹੜੀ ਕਿ ਮੈਨੂੰ ਬਾਅਦ ਦੇ ਵਿੱਚ ਕਿਸੇ ਪੋਲੀਟੀਸ਼ੀਅਨ ਨਾਲ ਨਹੀਂ ਮਿਲੀ, ਉਹ ਪੋਲੀਟੀਸ਼ੀਅਨ ਹੁਣ ਖਤਮ ਹੋ ਗਏ। ਨਹੀਂ ਪਰ ਜਦੋਂ ਤੁਹਾਨੂੰ ਕਹਿ ਹੀ ਦਿੱਤਾ ਵੀ ਸਾਡੇ ਬੰਦਿਆਂ ਨੂੰ ਤੂੰ, ਉਹ ਫਿਰ ਹੁਣ ਬੰਦਿਆਂ ਦੇ ਸਾਹਮਣੇ ਦੇਖੋ ਜੀ ਹਰ ਪੋਲੀਟੀਸ਼ੀਅਨ ਇਹ ਗੱਲ ਕਹੇਗਾ, ਇਹ ਜੇ ਆਪਾਂ ਇਹ ਕਹੀਏ ਕਿ ਵੀ ਉਹ ਉਹਨਾਂ ਨੇ, ਪਰ ਉਹਨਾਂ ਨੇ ਤੁਹਾਨੂੰ ਸ਼ੁਰੂ 'ਚ ਇਸ਼ਾਰਾ ਨਹੀਂ ਕੀਤਾ ਵੀ ਇਹਨਾਂ ਦਾ ਖਿਆਲ ਰੱਖੀ? ਨਾ, ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਅੱਛਾ, 2-3 ਗੱਲਾਂ ਮੈਂ ਤੁਹਾਨੂੰ ਸਾਫ਼ ਕਹਿ ਦੇਣਾ ਚਾਹੁੰਦਾ ਜੀ ਕਿ ਮੈਂ 3-4 ਚੀਫ ਮਿਨਿਸਟਰਸ ਦੇ ਨਾਲ ਕੰਮ ਕੀਤਾ ਜੀ, ਲੇਕਿਨ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਫੰਡ ਚਾਹੀਦਾ। ਲੇਕਿਨ ਜਦੋਂ ਲੋਕਾਂ ਦੀ ਧਾਰਨਾ ਇਹ ਹੈਗੀ ਹੈ ਕਿ ਪੈਸੇ ਇਕੱਠੇ ਕਰਕੇ ਇਲੈਕਸ਼ਨ ਦਿੱਤੇ ਜਾਂਦੇ ਨੇ, ਉਹ ਦਿੱਤੇ ਵੀ ਜਾਂਦੇ ਨੇ। ਅੱਛਾ, ਦਿੱਤੇ ਜਾਂਦੇ ਨੇ ਮਤਲਬ ਡਿਪਟੀ ਕਮਿਸ਼ਨਰ ਦਿੰਦੇ ਨੇ? ਕਈ ਦਿੰਦੇ ਨੇ ਪੋਸਟਿੰਗ ਨੇ ਦਿੱਤੀਆਂ, ਬਦਲੇ 'ਚ ਪੋਸਟਿੰਗ ਕਰਾਉਂਦੇ ਨੇ। ਨਹੀਂ ਜੀ, ਡਿਪਟੀ ਕਮਿਸ਼ਨਰ ਜਾ ਕੇ ਕੋਈ ਕਰਦਾ ਤਾਂ ਉਹ ਆਪਣੀ ਟੈਨਿਓਰ ਜਾਂ ਤਾਂ ਐਕਸਟੈਂਡ ਕਰਾਉਣਾ ਚਾਹੁੰਦਾ ਜੀ, ਜ਼ਿਆਦਾ ਦੇਰ ਰਹਿਣਾ ਚਾਹੁੰਦਾ, ਜੋ ਵੀ ਕਾਰਨ ਹਨਗੇ ਨੇ, ਲੇਕਿਨ ਫੰਡ ਤਾਂ ਜਾਂਦੇ ਨੇ ਜੀ। ਲੇਕਿਨ ਜੇ ਮੈਂ ਕਹਾਂ ਕਿ ਜਿਹੜੇ ਫੰਡ ਕੰਗ ਸਾਹਿਬ ਜਾਂਦੇ ਨੇ ਉਹ ਡਿਪਟੀ ਕਮਿਸ਼ਨਰ ਕਮਾਉਂਦੇ ਕਿੱਥੋਂ ਨੇ? ਤਨਖਾਹ 'ਚ ਤਾਂ ਦੇਣੋ ਰਹੇ। ਦੇਖੋ ਇਹ ਤਾਂ ਜਿਹੜੇ ਹੁਣ ਕਮਾਉਂਦੇ ਨੇ, ਹਾਂਜੀ, ਇੱਕ ਦਿਨ ਤੁਹਾਨੂੰ ਉਹਨੂੰ ਬੁਲਾਉਣਾ ਪੈਣਾ।
देखो अल्टीमेटली अज जे पटवारी पावरफुल है तो क्यों है, क्यों एक पटवारी एक पिंड दी एक किसी बंदे दी क्यों नहीं सुनता, क्यों ओहदे मगर मगर मर्सडी गड्डी वाले नूं भजना पैंदा जे छोटी जी जमीन खरीद लैंदा, क्यों क्यों ओहनूं अपनी गड्डी च बिठा के भजाउणा पैंदा, क्यों नायब तहसीलदार नूं जदों है रजिस्ट्रियां वेले लोकी बाहर गुलामां दी तरह खड़े हुंदे ने, आवाज पैंदी आ भज के चले जाओ, की ओहदे कोल पावर ज्यादा हुंदियां ने? नहीं, पब्लिक डीलिंग तां हैगी है जी, ट्रांजैक्शनस ने, साडे लॉज ऐसे ने, अपनी मर्जी नाल कंग साहब इधर उधर कर सकदे ने, किसे नाल सिर्फ एग्जाम्पल तुसीं ते मैं चले गए जी, मैं कहना कि चलो जी पैसे दे के काम करवा लो, जिवें तहसीलदार लेट हो गया, तीन तीन घंटे लेट होना, तुसी देखोगे वसीका कोल चले जाते हैं कि यार ये तहसीलदार कोल जाना है ना फलाने वसीका तो काम करवा ली, ओहदी जदों निशानी लग जूगी सारे जे पैसे उत्थे अक्सर ऐ ही हुंदा है, ਤੁਸੀਂ ਦੇਖੋਗੇ। ਦੂਸਰਾ ਬੰਦਾ ਜਿਹੜਾ ਹੈਗਾ ਉਹ ਲਾਈਨ 'ਚ ਲੱਗਿਆ ਹੋਇਆ, ਉਹ ਕਹਿੰਦਾ ਮੈਂ ਕਾਨੂੰਨ ਤੋਂ ਹੈ, ਕੋਈ NRI ਆ ਗਿਆ, ਉਹ ਕਹਿੰਦਾ ਨੋ ਨੋ ਆਈ ਐਮ ਜਸਟ ਗੋਇੰਗ ਟੂ ਡੂ ਇਟ, ਮੇਰਾ ਕੰਮ ਸਹੀ ਹੈ, ਮੈਂ ਕੋਈ ਗਲਤ ਨਹੀਂ ਕੀਤਾ ਜੀ, ਲੇਕਿਨ ਉਹਦੇ ਵਿੱਚ ਕਿਉਂਕਿ ਸਾਡੇ ਜਿਹੜੇ ਕਾਨੂੰਨ ਨੇ ਨਾ ਜੀ ਉਹਦੀ ਜਿੰਨੀ ਕੁ ਕੰਪਲਿਸਿਟੀ ਹੈਗੀ ਹੈ ਉਹਦੇ ਕਰਕੇ ਇਹ ਐਡਵਾਂਟੇਜ ਲਿਆ ਜਾਂਦਾ। ਕਨਸਰਨ ਜੋ ਤੁਸੀਂ DC ਸੀ ਤੁਹਾਨੂੰ ਇਹ ਗੱਲਾਂ ਦਾ ਪਤਾ ਸੀ? ਨਹੀਂ, ਜਿੱਥੇ ਤੱਕ ਟਰਾਂਸਫਰ ਦਾ ਸਵਾਲ ਸੀ, ਫੋਰ ਐਗਜ਼ਾਮਪਲ ਐਜ਼ ਡਿਪਟੀ ਕਮਿਸ਼ਨਰ ਤੁਹਾਡੇ ਕੋਲ ਲਿਸਟ ਆਉਂਦੀ ਹੈ ਪੋਲੀਟੀਸ਼ੀਅਨਸ ਦੀ ਕਿ ਇਸ ਪਟਵਾਰੀ ਨੂੰ ਫਲਾਣੀ ਥਾਂ 'ਤੇ ਲਾ ਦਿਓ, ਮਤਲਬ ਤੁਸੀਂ ਤੁਹਾਨੂੰ ਲਾਉਣਾ ਪੈਂਦਾ, ਜੇ ਲਾਉਣਾ ਵੀ ਪੈਂਦਾ ਤੁਸੀਂ ਆਰਗਿਊ ਵੀ ਕਰ ਸਕਦੇ ਹੋ ਕਿ ਸਾਰੇ ਗਲਤ ਗੱਲ ਹੈ। ਨਹੀਂ ਪਰ ਫਿਰ ਜੇ ਡਿਪਟੀ ਕਮਿਸ਼ਨਰ ਨੇ ਮਿਨਿਸਟਰ ਦੇ ਕਹੇ ਤੋਂ ਲਾਉਣਾ ਹਲਕੇ ਦੇ ਜਾਂ ਉਸ MLA ਤੋਂ, ਫਿਰ ਉਹਦੇ ਡਿਪਟੀ ਕਮਿਸ਼ਨਰ ਦੇ ਕੋਲ ਕਿਹੜੀ ਪਾਵਰ ਹੈਗੀ? ਤਾਂ ਕਰਾਰ ਕੀ ਆ, ਤਾਂ ਉਹ ਖਵਾ ਕੇ ਜਦੋਂ ਕੋਈ ਮੰਤਰੀ ਆ ਗਏ ਕੁਛ ਹੋਰ ਆ ਗਏ ਉਹਨਾਂ ਨੂੰ ਚਾਹ ਪਿਲਾ ਦਿੱਤੀ, ਉਹਨਾਂ ਨੂੰ ਕਾਜੂ ਖਵਾਤੇ ਅਤੇ ਭੱਜ ਪੁੱਜ ਗਏ ਅਤੇ ਕੰਮ ਹੋ ਗਿਆ ਖਤਮ, ਬਸ ਇੰਨਾ ਕੀ ਹੈ? ਲੱਗਦਾ ਤਾਂ ਇਸ ਤਰ੍ਹਾਂ ਹੀ ਹੈ। ਨਹੀਂ ਪਰ ਜਦੋਂ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਜੇ ਮਤਲਬ ਫੋਰ ਐਗਜ਼ਾਮਪਲ DC ਨੂੰ ਇਹ ਤਾਂ ਪਤਾ ਹੁੰਦਾ ਵੀ ਪਟਵਾਰੀ ਜਿਹੜਾ ਹੈ ਪੈਸੇ ਇਕੱਠੇ ਕਰ ਰਿਹਾ, ਅਤੇ ਉਹ DC ਤੱਕ ਜਾਂਦੇ ਨੇ? ਹਰ DC ਇਸ ਤਰ੍ਹਾਂ ਨਹੀਂ ਕਰਦਾ ਜੀ। ਜੀ ਦੇਖੋ ਇਹ ਸਿਸਟਮ ਚੱਲਦਾ, ਜ਼ਿਆਦਾਤਰ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਬਹੁਤ ਅੱਛੇ ਤਰੀਕੇ ਸਰ ਕੰਮ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਪੋਲੀਟੀਕਲ ਪ੍ਰੈਸ਼ਰ ਪੈਂਦੇ ਨੇ, ਕੰਮ ਦੇ ਪਿੱਛੇ ਵੀ ਪੈਂਦੇ ਨੇ, ਕੋਰਟ ਕੇਸਾਂ 'ਚ ਵੀ ਪੈਂਦੇ ਨੇ, ਹੁਣ ਤਾਂ ਕਿਸੇ ਨੂੰ ਕੀ ਕਹਿਣਾ, ਤੁਸੀਂ ਤਾਂ ਐਗਜ਼ੈਕਟਿਵ ਨੂੰ ਛੱਡੋ, ਹੁਣ ਤਾਂ ਜੁਡੀਸ਼ਰੀ 'ਚ ਰੌਲਾ ਪੈ ਜਾਂਦਾ ਕਿ ਜੀ ਇਹ ਕੋਸ ਕੇਸ ਐਂ ਹੋ ਗਿਆ, ਗਲਤ ਹੋ ਗਿਆ, ਤਿਮਕਾ ਹੋ ਗਿਆ, ਅਮਕਾ ਹੋ ਗਿਆ, ਉਹ ਪਰਸੈਪਸ਼ਨ ਹੀ ਹੈਗੀਆਂ ਨੇ। ਲੇਕਿਨ ਜ਼ਿਆਦਾਤਰ ਡਿਪਟੀ ਕਮਿਸ਼ਨਰ ਜਿਹੜੇ ਹਨ ਕਿ ਨੇ ਉਹ ਦੇ ਟਰਾਈ ਕਿ ਜੀ ਇਹ ਸਿਸਟਮ ਨੂੰ ਮੈਂ ਇਹਨੂੰ ਠੀਕ ਕਰਕੇ ਚਲਾਵਾਂ, ਦੇ ਓਬਜੈਕਟ ਇਸ ਗੱਲ ਨੂੰ ਪੋਲੀਟੀਕਲ ਪ੍ਰੈਸ਼ਰਸ ਨੂੰ ਕਿ ਜੀ ਮੈਂ ਪਟਵਾਰੀ ਉੱਥੇ ਨਹੀਂ ਲਾਉਣਾ ਕਿਉਂਕਿ ਇਹਦੀ ਰੈਪੂਟੇਸ਼ਨ ਮਾੜੀ ਹੈ, ਇਹ ਇੱਕ ਲੰਬੀ ਡਿਸਕਸ਼ਨ ਹੁੰਦੀ ਹੈ। ਲੇਕਿਨ ਕਿਸੇ ਸਟੇਜ ਦੇ ਉੱਤੇ ਜਾ ਕੇ ਉਹ ਫਿਰ ਦੋ ਤਰੀਕੇ ਅਪਣਾਏ ਜਾ ਸਕਦੇ ਨੇ ਕਿ ਲਾ ਦਿਓ, ਲਾ ਕੇ ਫੜ ਲਓ, ਫੜ ਕੇ ਭਜਾ ਦਿਓ। DC ਦੀ ਅਪੁਆਇੰਟਮੈਂਟ ਜਦੋਂ ਉਹ CM ਆਪ ਕਰਦਾ ਜਾਂ ਉਸ ਇਲਾਕੇ ਦੇ ਮੰਤਰੀ ਜਾਂ MLAs ਕਰਾਉਂਦੇ ਨੇ? ਦੇਖੋ ਪੋਸਟਿੰਗ ਤਾਂ CM ਲੈਵਲ 'ਤੇ ਅਪਰੂਵਲ ਹੁੰਦੀ ਹੈ ਜੀ, CM ਦੇਖਦਾ ਹੈ ਦੇ ਲੈਵਲ 'ਤੇ ਅਪਰੂਵਲ ਹੁੰਦੀ ਹੈ, ਉਹਨਾਂ ਨੂੰ ਗਾਹਾਂ ਇਨਡਾਇਰੈਕਟਲੀ ਕੌਣ ਅਪਰੋਚ ਕਰਦਾ, ਕਿਸ ਨੂੰ ਕਿੱਥੇ ਲਵਾਉਣਾ ਹੈ, ਕੀ ਕਰਨਾ ਹੈਗਾ, ਉਹ ਤਾਂ ਇੱਕ ਵੈਲ ਨੋਨ ਫੈਕਟ ਹੈ ਜੀ। ਇਹਦੇ ਵਿੱਚ ਜੇ ਕੋਈ ਹੁਣ ਬੰਦਾ ਇੱਥੇ ਆ ਕੇ ਜਾਂ ਕਿਸੇ ਇੱਧਰ ਉੱਧਰ ਕਹੇ ਕਿ ਜੀ ਇਹ ਨਹੀਂ ਜੀ ਇਹ ਤਾਂ ਮੈਰਿਟ, ਲੇਕਿਨ ਜਿਵੇਂ ਹੁਣ IAS ਆਫਿਸਰਸ ਨੇ ਡਾਇਰੈਕਟ ਆਉਂਦੇ ਨੇ ਜਿਹੜੇ, ਉਹਨਾਂ ਨੂੰ 2 ਸਾਲ ਦਾ ਟੈਨਿਓਰ ਦੇਣਾ ਹੀ ਦੇਣਾ ਹੈਗਾ ਐਸ ਪਰ ਰੂਲਸ ਹੈਗਾ, ਤੇ ਉਹ ਤਾਂ ਲੱਗਦੇ ਲੱਗਦੇ ਨੇ। ਸੋ ਉਹਦੇ ਵਿੱਚ ਹਾਂ ਉਹ ਕਿਹੜੇ ਡਿਸਟ੍ਰਿਕਟ 'ਚ ਕਿਹਨੂੰ ਲਾਉਣਾ ਕੀ ਨਹੀਂ ਲਾਉਣਾ, ਕੋਈ ਮੈਨੂਪੁਲੇਸ਼ਨਸ ਕਰ ਲੈਂਦਾ ਹੋਵੇ ਤਾਂ ਮੈਨੂੰ ਪਤਾ ਨਹੀਂ ਜੀ। ਕੰਗ ਸਾਹਿਬ ਇੱਕ IAS ਅਫਸਰ ਇਹਦੇ ਇਸੇ ਪ੍ਰੋਗਰਾਮ 'ਚ ਮੇਰੇ ਕੋਲ ਆਏ ਅਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਜ਼ਿਆਦਾਤਰ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਦਾ ਖਰਚਾ ਜਿਹੜਾ ਹੈ ਉਹ ਪਟਵਾਰੀ ਤਹਿਸੀਲਦਾਰ ਉਹ ਚਲਾਉਂਦੇ ਨੇ, ਘਰਾਂ ਦਾ ਖਰਚਾ ਵੀ ਈਵਨ, ਔਰ ਜਿਵੇਂ SSP ਦਾ SHO ਚਲਾਉਂਦੇ ਨੇ। ਕਿੰਨਾ ਕੁ ਸੱਚ ਹੈ ਇਹਦੇ 'ਚ? ਲੋਕਾਂ ਦੀ ਧਾਰਨਾ ਤਾਂ ਇਹੀ ਹੈ ਜੀ, ਜੀ ਲੋਕਾਂ ਸੱਚ ਕਿੰਨਾ ਅੱਜ ਵੀ ਬੈਠਦੇ ਆ, ਐਡਾ ਵੱਡਾ ਸੱਚ ਨਹੀਂ ਹੈ ਜੀ ਜਿੰਨਾ ਕਿ ਲੋਕ ਸਮਝਦੇ ਨੇ। ਉਹਦਾ ਕਾਰਨ ਇਹ ਹੈਗਾ ਕਿ ਜਿਵੇਂ ਮਿਨਿਸਟਰਸ ਆਉਂਦੇ ਨੇ, ਕੁਛ ਹੁੰਦਾ ਐਡੇ ਵੱਡੀ ਲੈਵਿਸ਼ ਪਾਰਟੀਜ਼ ਹੁੰਦੀਆਂ ਨੇ, ਕੁਛ ਹੁੰਦੀਆਂ ਨੇ, ਉਹ ਓਬਵੀਅਸਲੀ ਕੋਈ ਆਪਣੀ ਜੇਬ 'ਚੋਂ ਦੇ ਨਹੀਂ ਰਿਹਾ ਜੀ, ਤਾਂ ਫਿਰ ਲੋਕ ਪੁੱਛਦੇ ਵੀ ਇਹ ਪੈਸਾ ਆਇਆ ਤਾਂ ਕਿੱਥੋਂ ਆਇਆ, ਤਾਂ ਫਿਰ ਉਹ ਨੈਚੁਰਲੀ ਫਿਰ ਪਟਵਾਰੀ ਕੋਲੋਂ, ਪਟਵਾਰੀ ਨਾਇਬ ਤਹਿਸੀਲਦਾਰ ਉਹਦੇ ਕੋਲ ਤਹਿਸੀਲਦਾਰ ਕੋਲ ਜਾ ਕੇ ਪੈਸੇ ਇੱਕ ਲੰਬਸਮ 'ਚ ਇਕੱਠੇ ਕਰਕੇ ਉਹ ਕਹਿਣ ਲਓ ਜੀ ਫੰਕਸ਼ਨ 'ਤੇ ਲਾ ਦਿੱਤਾ, ਜਿਹੜੇ ਬਿੱਲ ਨੇ ਇਹਨਾਂ ਦੀ ਤੁਸੀਂ ਪੇਮੈਂਟ ਕਰ ਦਿਓ। ਹੁਣ ਉਹ ਫਿਰ ਜਿਹੜੀ ਆਪਾਂ ਪਹਿਲਾਂ ਡਿਸਕਸ਼ਨ ਕੀਤੀ ਸੀ ਕਿ ਯਾਰ ਰਜਿਸਟਰੀ ਹੋ ਗਈ ਇਹਦੀ ਨਹੀਂ ਹੋ ਗਈ, ਜੋ ਲੋਕ ਡਰਦੇ ਜਿਹੜੇ ਬਿੱਲ ਨੇ
ਜੇ ਬਿੱਲ 20,000 ਦਾ ਹੈ ਤਾਂ 0 ਨਾਲ ਲੱਗ ਜਾਂਦੀ ਹੋਊਗੀ। ਕਿੰਨੀ ਕੁ ਲਾ ਸਕਦਾ, ਇਹ ਤਾਂ ਬੰਦੇ ਦੀ ਕਪੈਸਿਟੀ ਹੈ ਨਾ ਜਿਹੜੀ ਲੱਗਦੀ। ਅੱਛਾ, ਇਹ ਇਹਨਾਂ 'ਚੋਂ ਹਿੱਸਾ ਮੰਤਰੀ ਤੱਕ ਵੀ ਜਾਂਦਾ? ਨਹੀਂ, ਮੈਂ ਦੇਖੋ ਆਪਣੇ ਲੈਵਲ 'ਤੇ ਤਾਂ ਨਹੀਂ ਮੈਂ ਕਹਿ ਸਕਦਾ ਕਿ ਮਿਨਿਸਟਰਸ ਨੂੰ ਕਿਸ ਕਿਸਮ ਦੇ, ਕਿਉਂਕਿ ਦੇਖੋ ਰੂਲਸ ਫਰੇਮ ਕਰਨੇ ਨੇ ਜੀ। ਜਿੱਥ ਤੱਕ ਗਵਰਨਮੈਂਟ ਫੰਕਸ਼ਨ ਕਿਵੇਂ ਕਰਦੀ ਹੈ, ਸੈਕਰਟੇਰੀਏਟ 'ਚ ਕਿਵੇਂ ਕੰਮਸ਼ਨ ਕਰਦੇ ਆ, ਆਪਾਂ ਦੋ ਗੱਲਾਂ ਡਿਸਕਸ ਕਰ ਸਕਦੇ ਹਾਂ। ਇੱਕ ਤਾਂ ਫੀਲਡ ਦੇ ਵਿੱਚ ਕੀ ਹੋ ਰਿਹਾ ਹੈਗਾ, ਸੈਕਰਟੇਰੀਏਟ ਜੀ ਕੋਈ ਕਾਨੂੰਨ ਬਣਦਾ ਹੈ, ਕੋਈ ਲਾਅ ਬਣਦਾ ਹੈ, ਲੋਕ ਉਹਨੂੰ ਵੀ ਕਹਿੰਦੇ ਆ ਕਿ ਜੀ ਇਹ ਲਾਅ ਜਾਂ ਆਹ ਕਾਨੂੰਨ ਜਾਂ ਆਹ ਜਿਹੜੀ ਹੋਈ ਆ ਗੱਲ, ਇਹਦੇ ਪਿੱਛੇ ਆਹ ਬੈਕਗਰਾਊਂਡ ਹੈ। ਅਖਬਾਰਾਂ 'ਚ ਵੀ ਆਉਂਦਾ, ਸਾਰੀਆਂ ਥਾਵਾਂ 'ਤੇ ਗੱਲ ਕਰਦੇ ਨੇ। ਮਿਨਿਸਟਰਸ ਲੈਵਲ ਦੇ ਉੱਤੇ ਡਿਪਾਰਟਮੈਂਟਲ ਪੈਸੇ ਡਿਪਾਰਟਮੈਂਟ 'ਚੋਂ ਇਕੱਠੇ ਹੋ ਕੇ ਕੌਣ ਦੇ ਕੇ ਆਉਂਦਾ? ਮੇਰੇ ਖਿਆਲ ਵਿੱਚ ਡੀ ਸੀ ਜਿਹੜਾ ਹੈਗਾ ਬਹੁਤ ਛੋਟਾ। ਅੱਛਾ, ਮਤਲਬ ਉਹ ਉਹਦਾ, ਆਈ ਡੋਂਟ ਥਿੰਕ ਇਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀ ਸੀ ਦੇ ਲੈਵਲ ਦੇ ਉੱਤੇ ਪੇਮੈਂਟਸ ਜਿਵੇਂ ਹੁੰਦੀਆਂ ਹੁਣ, ਨਾਲੇ ਮੇਰਾ ਖਿਆਲ ਆ ਕਿ ਹੁਣ ਜਿਹੜਾ ਵੱਡੇ ਲੈਵਲ 'ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਵੱਡਾ ਪੈਸਾ ਕਿੱਥੋਂ ਆਉਂਦਾ, ਡੀ ਸੀ ਦੇ ਕੋਲੋਂ ਕੁਛ ਜ਼ਿਆਦਾ ਨਹੀਂ ਮਿਲ ਸਕਦਾ ਉਹਨਾਂ ਨੂੰ। ਦੇਖੋ ਉਹ ਉਹਨਾਂ ਦਾ ਫੰਕਸ਼ਨਿੰਗ ਇਹੀ ਜੀ ਹੈਗੀ, ਇਹ ਆਉਂਦੇ ਹੈਗੇ ਆ ਜਿੱਥੇ ਪ੍ਰੋਜੈਕਟਸ ਚੱਲਣਗੇ ਜੀ, ਉਹੀ ਉਹੀ ਹੈ ਜਿੱਥੇ ਪ੍ਰੋਜੈਕਟਸ ਚੱਲਣਗੇ ਪ੍ਰੋਜੈਕਟਸ। ਹੁਣ ਡਿਪਟੀ ਕਮਿਸ਼ਨਰ ਅੱਜ ਕੱਲ੍ਹ ਅਨਫੋਰਚੁਨੇਟਲੀ, ਅੱਜ ਕੱਲ੍ਹ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਡੀ ਸੀ ਵਿਚਾਰੇ ਉਹਨਾਂ ਦੀਆਂ ਜਿਹੜੀਆਂ ਪਾਵਰਸ ਨੇ ਉਹਨਾਂ 'ਚ ਰਿਸਪੋਂਸੀਬਿਲਟੀ ਵਧਾ ਦਿੱਤੀ ਗਈ, ਉਹਨਾਂ ਦੀ ਪਾਵਰਸ ਘਟਾ ਦਿੱਤੀ। ਮਤਲਬ ਡੀ ਸੀ ਵਿਚਾਰੇ ਹੋ ਗਏ? ਮੇਰੇ ਮੁਤਾਬਕ ਤਾਂ ਬਹੁਤ ਵਿਚਾਰੇ ਨੇ ਜੀ ਉਹ ਜੀ। ਜੇ ਮੈਂ ਜ਼ਿੰਦਗੀ 'ਚ ਇੱਕ ਗੱਲ ਕਹੂੰਗਾ ਕਿ ਸਭ ਤੋਂ ਵਿਚਾਰੀ ਪੋਸਟਿੰਗ ਕਿਸ ਦੀ ਹੈਗੀ ਹੈ, ਤਾਂ ਇੱਕ ਡਿਪਟੀ ਕਮਿਸ਼ਨਰ ਦੀ ਹੈ। ਕਿਉਂ? ਉਸ ਕੋਲ ਜ਼ਿੰਮੇਵਾਰੀਆਂ ਇੰਨੀਆਂ ਕੁ ਕਰ ਦਿੱਤੀਆਂ ਗਈਆਂ, ਨਾ ਤਾਂ ਕੋਈ ਪਿਛਲੀਆਂ ਜਿਹੜੀਆਂ ਰਿਪੋਰਟਾਂ ਨੇ ਉਹਨੂੰ ਖਤਮ ਕੀਤਾ ਜਾਂਦਾ, ਅਗਲੀਆਂ ਹੋਰ ਵਧਾਈ ਜਾਂਦੇ ਨੇ, ਸੁਬਾਹ ਤੋਂ ਸ਼ਾਮ ਤੱਕ ਇੰਨੇ ਕੁ ਹੋ ਗਏ ਜੀ, ਕਦੇ ਵੀਡੀਓ ਕਾਨਫਰੰਸਿੰਗ ਹੋ ਰਹੀ ਹੈ, ਕਦੇ ਕੁਛ ਹੋ ਰਿਹਾ, ਕਦੇ ਕੁਛ ਹੋ ਰਿਹਾ। ਤਾਂ ਡਿਪਟੀ ਕਮਿਸ਼ਨਰ ਦਾ ਜਿਹੜਾ ਜੌਬ ਹੈਗਾ ਉਹ ਜਿਹੜਾ ਲੋਕਾਂ ਦੇ ਵਿੱਚ ਵਿਚਰਨਾ ਉਹ ਘੱਟ ਗਿਆ ਤੇ ਉਹ ਦੂਸਰੇ ਕੰਮਾਂ 'ਚ ਗਏ। ਹਾਲਾਂਕਿ ਉਹਦਾ ਪਬਲਿਕ ਰਿਲੇਸ਼ਨ ਵੀ ਉਹਦਾ ਇੱਕ ਵੱਡਾ ਕੰਮ ਸੀ। ਯੈਸ, ਪੀਆਰ ਉਹਦਾ ਸਿੱਧਾ ਡਾਇਰੈਕਟ ਹੋਣਾ ਚਾਹੀਦਾ ਸੀ ਡਿਪਟੀ ਕਮਿਸ਼ਨਰ ਦਾ ਕੰਮ ਤਾਂ। ਜੇ ਇੱਕ ਡਿਪਟੀ ਕਮਿਸ਼ਨਰ ਮਿਲ ਹੀ ਨਹੀਂ ਸਕਦਾ 4-4 ਦਿਨ, 3-3 2-2 ਦਿਨ ਜੀ, ਮੇਰੀ ਕੋਈ ਓਬਜੈਕਸ਼ਨ ਹੈਗਾ ਡਿਪਟੀ ਕਮਿਸ਼ਨਰ ਦੀ ਫੰਕਸ਼ਨਿੰਗ ਦੇ ਉੱਤੇ ਜੀ, ਉਹ ਇਹ ਹੈਗਾ ਕਿ ਇਹ ਤੁਸੀਂ ਆਪਣੇ ਕੈਂਪ ਆਫਿਸ 'ਚੋਂ ਕਿਉਂ ਓਪਰੇਟ ਕਰਦੇ ਹੋ? ਵਾਈ ਯੂ ਆਰ ਨਾਟ ਫਾਊਂਡ ਇਨ ਯੂਰ ਆਫਿਸ ਫਰੋਮ 9-5? ਵਾਟ ਇਜ਼ ਦੀ ਪ੍ਰੋਬਲਮ? ਅੱਛਾ, ਜ਼ਿਆਦਾਤਰ ਕੈਂਪ ਆਫਿਸ ਕਰਦੇ, ਕੈਂਪ ਆਫਿਸ ਕਰਦੇ ਨੇ, ਉੱਥੇ ਗਏ ਤਾਂ ਉੱਥੇ ਲੋਕੀ ਖੜੇ ਨੇ, ਕੋਈ ਮਿਲਿਆ ਨਹੀਂ, ਕੋਰਟ ਕਰਨ ਚਲੇ ਗਏ, ਕੋਰਟ ਤੋਂ ਵਾਪਸ ਆ ਗਏ ਜੀ। ਉਹ ਥੋੜ੍ਹਾ ਜਿਹਾ ਹੁਣ ਅੱਗੇ ਨਾਲ, ਮਤਲਬ ਉਹ ਮੰਤਰੀਆਂ ਵਾਂਗ ਹੀ ਪੋਲੀਟੀਸ਼ੀਅਨ ਵਾਂਗ ਹੀ ਇਹ ਬਿਹੇਵ ਕਰਨ ਲੱਗ ਗਏ, ਇਸ ਤਰ੍ਹਾਂ ਕਹਿ ਲਓ। ਜੇ ਤੁਸੀਂ ਅੱਜ ਦੇਖੋਗੇ ਤਾਂ ਤੁਸੀਂ ਇਹ ਚੈੱਕ ਕਰੋ ਕਿ ਵੀ ਕਿੰਨੇ ਕੁ IAS ਆਫਿਸਰ ਇਲੈਕਸ਼ਨ ਲੜਨ ਲੱਗ ਗਏ, ਜਿਹ 'ਚ ਮੈਂ ਵੀ ਸ਼ਾਮਿਲ ਸੀ ਇੱਕ ਵਾਰੀ। ਜਿਵੇਂ ਅਸੀਂ ਦਰਸ਼ਕਾਂ ਨਾਲ ਵਾਅਦਾ ਕੀਤਾ, ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਬਹੁਤ ਚਰਚਾ 'ਚ ਹੈ ਜੀ, ਮੀਡੀਆ 'ਚ ਹੈ, ਕਪਿਲ ਸ਼ਰਮਾ ਸ਼ੋਅ 'ਚ ਵੀ ਦਾਰਾ ਜਿਹੜਾ ਹੈ ਦੁਬਾਰਾ ਉਹਨਾਂ ਦੇ ਜਿਹੜੇ ਠਾਕੇ ਗੂੰਜ ਰਹੇ ਨੇ, ਪੋਲੀਟਿਕਸ ਵੀ ਹੈ, ਉਹਨਾਂ ਦੀ ਬੀਵੀ ਵੀ ਪੋਲੀਟਿਕਸ 'ਚ ਆਉਣਾ ਚਾਹੁੰਦੀ ਹੈ, ਟਿਕਟ ਦੀ ਮੰਗ ਕਰ ਰਹੀ ਹੈ। ਸੋ ਉਸ ਹਾਲਾਤ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖਿਆ, ਰਾਈਜ਼ ਕਰਦੇ, ਤੁਸੀਂ ਉਦੋਂ ਉੱਥੇ ਕਮਿਸ਼ਨਰ ਸੀ, ਜਦੋਂ ਇਹ MP ਬਣ ਕੇ ਆਏ, ਇਹ ਹੋਰਾਂ ਪੋਲੀਟੀਸ਼ੀਅਨ ਵਾਂਗ ਸੀ, ਇੱਕ ਖਿਡਾਰੀ ਵਾਂਗ ਸੀ, ਇੱਕ ਮੀਡੀਆ ਪਰਸਨ ਵਾਂਗ ਕਿਵੇਂ ਬਿਹੇਵ ਕਰਦੇ ਸੀ ਤੁਹਾਡਾ? ਪਹਿਲੇ ਤਾਂ ਖਿਡਾਰੀ ਸੀ ਜੀ, ਹੁਣ ਪੋਲੀਟੀਸ਼ੀਅਨ ਨੇ, ਜਿਹੜੀ ਰੰਗ ਬਦਲ ਜਾਂਦਾ ਬੰਦੇ ਦਾ, ਰੰਗ ਬਦਲਿਆ ਨਹੀਂ ਜੀ, ਰੰਗ ਪੂਰਾ ਹੀ ਬਦਲ ਗਿਆ। ਅੱਛਾ, ਉਦੋਂ ਤੱਕ ਸਿੱਧੂ ਸਾਹਿਬ ਮੇਰੇ ਬੜੇ ਹੈਗੇ, ਮੈਂ ਉਹਨਾਂ ਦੀ ਬੜੀ ਕਦਰ ਵੀ ਕਰਦਾ, ਉਹਨਾਂ ਦੇ ਜੋ ਆਪਦੀਆਂ ਉਹ ਹਨਗੀਆਂ ਅਚੀਵਮੈਂਟਸ ਨੇ, ਔਰ ਉਹਨਾਂ ਦਾ ਜੋ ਕਿਰਦਾਰ ਸੀਗਾ ਐਸ ਕਮੈਂਟਰੀ, ਉਹਨਾਂ ਦੀ ਲੈਂਗੁਏਜ ਕੰਟਰੋਲ ਹੈ ਜਿਹੜਾ, ਉਹ ਬਹੁਤ ਜ਼ਬਰਦਸਤ ਹੈ। ਪਰ ਮੈਨੂੰ ਇੱਕ ਨਹੀਂ ਹੈਗੀ ਐਜ਼ MP ਜਾਂ ਐਜ਼ ਮਿਨਿਸਟਰਸ, ਜੋ ਲੋਕਾਂ ਦੀ ਉਹਨਾਂ ਤੋਂ ਆਸ ਹੈਗੀ ਹੈ, ਉਹ ਲੱਗਦਾ ਨਹੀਂ ਗਾ ਕਿ ਉਸ ਪਾਸੇ ਗਏ ਨੇ, ਕਿੱਥੇ ਕਮੀ ਕਿੱਥੇ ਰਹਿ ਰਹੀ ਹੈ ਤੁਹਾਡੇ ਸਾਹਮਣੇ? ਇੱਕ ਤਾਂ ਪਬਲਿਕ ਨਾਲ ਤਾਂ ਉਹਨਾਂ ਦੀ ਮੈਂ ਨਹੀਂ ਦੇਖਿਆ ਕਿ ਕਿਸੇ ਮੁਹੱਲੇ 'ਚ ਖੜ ਕੇ ਕਿਸੇ ਬੰਦੇ ਨਾਲ ਕਦੇ ਗੱਲ ਕੀਤੀ ਹੋਵੇ ਉਹਨਾਂ ਨੇ ਕਿ ਜੀ ਇਹ ਤੁਹਾਡੀ ਕੀ ਪ੍ਰੋਬਲਮ ਹੈ। ਮੈਂ ਮੰਨਦਾ ਕਿ ਇੱਕ ਮਿਨਿਸਟਰ ਦਾ ਇੱਕ ਛੋਟੀ ਜਿਹੀ ਜਗ੍ਹਾ 'ਤੇ ਜਾ ਕੇ ਕੀ ਮਤਲਬ ਹੈਗਾ, ਉਹਨਾਂ ਕੋਲ ਫੀਡਬੈਕ ਸਿਸਟਮ ਹੈਗਾ, ਉਹਨਾਂ ਦੇ ਚੈਨਲਸ ਨੇ, ਉਹ ਆਪਣੀ ਥਾਂ 'ਤੇ ਨੇ, ਲੇਕਿਨ ਤੁਸੀਂ ਹਰ ਵਕਤ ਆਪਾਂ ਜੇ ਮੀਡੀਆ 'ਚ ਬਣੇ ਰਹਿਣਾ ਚਾਹੁੰਦੇ ਹਾਂ, ਤੁਸੀਂ ਮੀਡੀਆ ਦੇ ਬੰਦੇ ਹੋ, ਕਿ ਮੈਂ ਮੀਡੀਆ ਦੇ ਵਿੱਚ ਜਾ ਕੇ ਬਿਆਨ ਦੇ ਕੇ ਭੱਜਵਾਂ, ਅੱਜ ਆਹ ਕਰ ਦੇਵਾਂ, ਮੈਂ ਅੱਜ ਵਾਹ ਕਰ ਦੇਵਾਂ, ਅੱਜ ਮੈਂ ਕਰਪਸ਼ਨ ਹਟਾ ਦੂੰਗਾ, ਮੈਂ ਇਹ ਕਰ ਦੂੰਗਾ, ਠੀਕ ਹੈ ਹਟਾਓ ਜੀ, ਸਦਕੇ ਹਟਾਓ, ਬੜੀ ਦੁਨੀਆ ਹਟਾਉਣ ਜੇ, ਔਰ ਉਹ ਬਿਲਕੁਲ ਫਰੀ ਨੇ ਇਸ ਗੱਲੋਂ, ਉਹਨਾਂ ਦੇ ਉੱਤੇ ਕੋਈ ਦੋਸ਼ ਨਹੀਂ ਲਾ ਸਕਦਾ ਪੈਸੇ ਇਕੱਠੇ ਕਰਨ ਦਾ ਜਾਂ ਇਹ ਹੈ ਉਹ ਹੈ ਜੋ ਵੀ ਹੈਗਾ, ਉਹ ਆਪਣੀ ਅਰਨਿੰਗ ਕਰਦੇ ਨੇ। ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਬਈ ਤੁਸੀਂ ਮਿਨਿਸਟਰ ਦੇ ਤੌਰ 'ਤੇ ਕਿਉਂ ਕਪਿਲ ਸ਼ਰਮਾ ਦੇ ਸ਼ੋਅ 'ਚ ਜਾਂਦੇ ਹੋ, ਐਡੀ ਵੱਡੀ ਕਿਹੜੀ ਗੱਲ ਹੈਗੀ ਹੈ? ਕਿਉਂਕਿ ਲੋਕ ਜਦੋਂ ਤੁਸੀਂ ਕਹਿੰਦੇ ਸੀ ਪੈਸਾ ਵੀ ਤਾਂ ਕਮਾਉਣਾ ਜੀ, ਸਦਕੇ ਕਮਾਓ, ਹੋਰ ਬੜੇ ਚੈਨਲਸ ਨੇ,
ਇਹ ਕੰਮ ਕਰਨਾ ਜਿੱਥੇ ਕਿ ਇੱਕ ਬੰਦਾ ਝੂਠਾ ਹੀ ਹੱਸੀ ਜਾਵੇ। ਨਹੀਂ ਅੱਛਾ ਨਹੀਂ 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 ਜੇ ਤੁਸੀਂ ਹੋਰ ਕਰੋਗੇ ਤਾਂ ਉਹ ਵੀ ਤਾਂ ਕੰਮ ਹੋਊਗਾ ਨਾ। ਨਹੀਂ ਨਹੀਂ ਹੋਰ ਕੰਮ ਤੁਸੀਂ ਜਦੋਂ ਮਿਨਿਸਟਰ ਬਣ ਦੇਖੋ ਟਰਾਂਸਪੋਰਟ ਦੇ ਵਿੱਚ ਕਿਹਾ ਜਾਂਦਾ ਕਿਹੜਾ ਪਰਮਿਟ ਹੈ ਉਹਨੂੰ ਪੇਡ ਪਰਮਿਟ ਨਹੀਂ ਹੁੰਦਾ ਕਿਉਂਕਿ ਸੋਸ਼ਲ ਸਰਵਿਸ ਨਾਲ ਸੰਬੰਧਿਤ ਹੈਗਾ, ਪਬਲਿਕ ਸਰਵਿਸ 'ਚ ਉਹ ਇਨ ਦੀ ਇੰਟਰਸਟ ਆਫ ਪਬਲਿਕ। ਤੁਸੀਂ ਮਿਨਿਸਟਰ ਤੁਸੀਂ ਕਿਸ ਕਰਕੇ ਬਣੇ, ਤੁਸੀਂ ਪੋਲੀਟਿਕਸ ਕਿਸ ਕਰਕੇ ਆਏ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ? ਅਰਨਿੰਗ ਫਿਰ ਜਿਹੜੇ ਹੋਰ ਨੇ ਉਹ ਕੀ ਕਰਨ? ਸੇਵਾ ਕਰਕੇ ਉਹ ਦੇ ਰਹੇ ਨੇ। ਆ ਜਿਹੜਾ ਹੁਣ ਦੁਸਹਿਰੇ ਵਾਲੇ ਦਿਨ ਬੰਦੇ ਮਰੇ ਨੇ ਉਹਨਾਂ ਨੂੰ ਅਡੋਪਟ ਕੀਤਾ ਉਹਨਾਂ ਨੇ? ਨਹੀਂ ਪਹਿਲਾਂ ਤਾਂ ਬੰਦੇ ਮਾਰ ਲਓ ਫਿਰ ਅਡੋਪਟ ਕਰ ਲਓ, ਠੀਕ ਹੈ ਕਰ ਲਓ। ਨਹੀਂ ਬੰਦੇ ਉਹਨਾਂ ਨੇ ਕੀ ਕਰ ਸਕਦੇ ਹੋ? ਫਿਰ ਬੰਦੇ ਉਹਨਾਂ ਨੇ ਥੋੜ੍ਹੀ ਮਾਰੇ? ਨਹੀਂ ਨਹੀਂ ਪੁਆਇੰਟ ਇਹ ਨੀਗਾ ਕਿ ਉਹਨਾਂ ਨੇ ਮਾਰੇ ਨੇ, ਆਈ ਥਿੰਕ ਇਟ ਵਿਲ ਬੀ ਟੂ ਐਗਜ਼ੈਜਰੇਟਿਡ ਸਟੇਟਮੈਂਟ। ਹਾਂ ਨਹੀਂ ਪਰ ਉਹ ਤਾਂ ਅਡੋਪਸ਼ਨ ਕਿਸ ਲੈਵਲ ਦੀ ਹੈ, ਕੀ ਹੈਗਾ, ਕਿੰਨਾ ਖਰਚਾ ਹੈ, ਯੇ ਵੋ, ਉਹ ਤਾਂ ਕਦੇ ਪਬਲਿਕ ਨਹੀਂ ਹੋਣਾ ਨੰਬਰ ਇੱਕ। ਨੰਬਰ ਦੋ ਉਹ ਠੀਕ ਹੈ, ਅੱਛੀ ਗੱਲ ਹੈ, ਉਹਨਾਂ 'ਚ ਇਹ ਭਾਵਨਾ ਹੈਗੀ ਵੀ ਹੈ, ਕੰਮ ਕਰਨ ਦੀ ਵੀ ਭਾਵਨਾ ਹੈਗੀ, ਸਾਰਾ ਕੁਛ ਹੈਗਾ। ਉਹ ਵੱਡੇ ਵੱਡੇ ਪ੍ਰੋਜੈਕਟਸ 'ਚ ਸੋਚ ਰੱਖਦੇ ਨੇ, ਉਹ ਜਿਵੇਂ ਹੁਣ ਕਰਤਾਰਪੁਰ ਕੋਰੀਡੋਰ ਦਾ ਹੈਗਾ, ਆਈ ਥਿੰਕ 90% ਕ੍ਰੈਡਿਟ ਗੋਜ਼ ਟੂ ਹਿਮ। ਜੋ ਮਰਜ਼ੀ ਲੋਕ ਕਹਿ ਲੈਣ ਜਿਵੇਂ ਮਰਜ਼ੀ ਹੈ, ਲੇਕਿਨ ਉਹਨੇ ਲੋਕਾਂ ਨੂੰ ਮਿਲਣਾ ਨਾ, ਕੰਮ ਨਹੀਂ ਕਰਨਾ, ਹਰ ਵਕਤ ਪ੍ਰੋਜੈਕਟ ਨੂੰ ਦੇ ਕੇ ਇੱਥੇ ਉਂਗਲੀ ਲਾ ਕੇ ਭੱਜ ਜਾਓ, ਉੱਥੇ ਉਂਗਲੀ ਚੱਕ। ਮਤਲਬ ਤੁਹਾਨੂੰ ਲੱਗਦਾ ਕਿ ਮੀਡੀਆ 'ਚ ਆਉਣਾ ਜ਼ਿਆਦਾ ਉਹਨਾਂ ਲਈ ਇੰਪੋਰਟੈਂਟ ਹੈ, ਪ੍ਰੈਕਟੀਕਲ ਕੰਮ ਕਰਨਾ? ਮੇਰੇ ਇੱਕ ਬਹੁਤ ਅੱਛੇ ਦੋਸਤ ਨੇ ਔਰ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਲੇਕਿਨ ਮੈਨੂੰ ਉਹਨਾਂ ਦਾ ਫੰਕਸ਼ਨਿੰਗ ਐਜ਼ ਏ ਮਿਨਿਸਟਰ, ਆਈ ਥਿੰਕ ਇਟ ਨੀਡਸ ਮੱਚ ਮੋਰ ਦੈਨ ਵਾਟ ਇਟ ਇਜ਼। ਜੀ, ਜਦੋਂ ਤੁਸੀਂ ਇਹ ਜਿਹੜੀ ਇਹ ਗੱਲ ਕਰ ਰਹੇ ਸੀ ਉਹਦੇ 'ਚ ਇੱਕ ਗੱਲ ਸਵਾਲ ਹੋਰ ਬਹੁਤ ਵਾਰ ਲੋਕਾਂ ਦੇ ਮਨਾਂ 'ਚ ਆਉਂਦਾ ਹੈ, ਜਦੋਂ ਅੱਜ ਤੁਹਾਡੇ ਤੋਂ ਅਸੀਂ ਖੁੱਲ੍ਹ ਕੇ ਗੱਲਾਂ ਕਰ ਹੀ ਰਹੇ ਹਾਂ, ਤੁਹਾਡੇ ਨਾਲ ਖਰੀਆਂ ਗੱਲਾਂ ਕਰ ਰਹੇ ਹਾਂ, ਇਹ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ CM, ਜਿਵੇਂ ਇਹ ਕਿਹਾ ਜਾਂਦਾ ਬਾਦਲ ਸਾਹਿਬ ਨੂੰ, ਮੇਰੇ ਕਈ ਸਟੂਡੈਂਟ ਉਹਨਾਂ ਦੇ ਬਾਦਲ ਸਾਹਿਬ ਦੇ ਨਾਲ ਲਏ, ਉਹਨਾਂ ਦੇ ਮੀਡੀਆ ਉਹਦੇ ਵਿੰਗ 'ਚ ਨੇ, ਉਹ ਇਹ ਕਹਿੰਦੇ ਨੇ ਕਿ ਸਵੇਰੇ ਸਵੇਰੇ ਨਿਊਜ਼ ਪੇਪਰ ਪੜ੍ਹਦੇ ਨੇ ਅਤੇ ਉਹ ਫੋਨ ਕਰਦੇ ਨੇ ਕਿ ਵੀ ਤੇਰੇ ਏਰੀਏ 'ਚ ਆਹ ਕੁਛ ਹੋ ਰਿਹਾ। ਇਹ ਸਾਰੇ ਜਿਹੜੇ ਤੁਸੀਂ ਤਾਂ 4-5 CM ਨਾਲ ਕਿੰਨਾ ਕੁ ਫਰਕ ਹੈ ਅਲੱਗ ਅਲੱਗ ਮਿਨਿਸਟਰ? ਪਹਿਲਾਂ ਤਾਂ ਇਹ ਦੱਸੀਏ ਕਿ ਆਪਣੇ ਦਰਸ਼ਕਾਂ ਨੂੰ ਵੀ ਤੁਸੀਂ ਕਿਹੜੇ ਕਿਹੜੇ CM ਨਾਲ ਕੰਮ ਕੀਤਾ? ਸਾਹਿਬ ਬੇਅੰਤ ਸਿੰਘ ਤੋਂ ਲੈ ਕੇ ਉਸ ਤੋਂ ਬਾਅਦ ਜਿੰਨੇ ਵੀ ਆਏ। ਅੱਛਾ, ਬੇਅੰਤ ਸਿੰਘ ਹੋਰਾਂ ਨਾਲ ਕੀਤਾ, ਪ੍ਰਕਾਸ਼ ਸਿੰਘ ਬਾਦਲ ਨਾਲ ਕੀਤਾ, ਔਰ ਅਮਰਿੰਦਰ ਸਿੰਘ ਜੀ ਸੀਗੇ, ਅਮਰਿੰਦਰ ਸਿੰਘ ਹੋਰ ਇਹੀ ਸੀ। ਇਹਨਾਂ 'ਚੋਂ ਜੇ ਤਿੰਨਾਂ 'ਚੋਂ ਆਪਾਂ ਦੇਖਣਾ ਹੋਵੇ, ਤੁਹਾਨੂੰ ਕਿਹੜਾ ਲੱਗਦਾ ਜਿਹਦੀ ਸਟਾਈਲ ਜਿਹੜਾ ਵਰਕਿੰਗ ਦਾ ਤੁਹਾਨੂੰ ਪਸੰਦ ਆਇਆ? ਦੇਖੋ, ਪਰਸਨਲਾਈਜ਼ਡ ਪੋਲੀਟੀਸ਼ੀਅਨਸ ਦੇ ਇੱਕ ਹਰ ਇੱਕ ਦੀ ਇੱਕ ਆਪਣੀ ਆਪਣੀ ਕੁਆਲਿਟੀਜ਼ ਨੇ ਜੀ ਕੰਮ ਕਰਨ ਦੀਆਂ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਲਦੀ ਉੱਠ ਕੇ ਕੰਮ ਕਰਨ ਦੇ ਆਦੀ ਨੇ, ਔਰ ਜਿਹੜਾ ਵੀ ਬੰਦਾ ਆ ਗਿਆ, ਜੋ ਮੈਂ ਪੁੱਛਿਆ ਫੋਨ ਕਰਦੇ ਸੀ ਜੇ ਕੋਈ ਕੰਮ ਹੁੰਦਾ, ਸਿੱਧਾ ਹੀ ਕਰਦੇ ਸੀ? ਫੋਨ ਕਰਦੇ ਸੀ, ਸਿੱਧਾ ਕਰਦੇ ਸੀ। ਅੱਛਾ, ਜਦ ਕਿਸੇ ਦਾ ਅਮਰਿੰਦਰ ਸਿੰਘ ਕਦੇ ਸਿੱਧਾ ਫੋਨ ਨਹੀਂ ਕਰਦੇ, ਮੈਂ ਉਹੀ ਕਹਿਣਾ ਚਾਹੁੰਦਾ ਸੀ। ਇਟ ਇਜ਼ ਆਫ ਹਿਊਜ ਰੈਮੀਫਿਕੇਸ਼ਨ ਕਿ ਬਹੁਤ ਵੱਡਾ ਕੋਈ ਗੱਲ ਹੈਗੀ ਆ ਤਾਂ ਉਸਦੇ ਜੀ। ਸਰਦਾਰ ਅਮਰਿੰਦਰ ਸਿੰਘ ਦਾ ਇਹ ਹੈਗਾ ਫੇਸ ਕਿ ਵੀ ਉਹ ਬੰਦੇ ਪੋਸਟ ਕਰਤੇ, ਉਹਨਾਂ ਦਾ ਕੰਮ ਹੈਗਾ ਕਿ ਵੀ ਉਹ ਕੰਮ ਕਰਕੇ ਦਿਖਾਉਣ, ਜੇ ਉਹ ਨਹੀਂ ਬਿਲਕੁਲ ਕੁਛ ਵੀ ਕਰ ਰਹੇ ਦੈਨ ਇਟ ਸ਼ੁਡ ਕਮ ਟੂ ਮੀ, ਫਿਰ ਮੇਰੇ ਕੋਲ ਆਉਣਾ ਚਾਹੀਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਕਿ ਵੀ ਨਹੀਂ, ਮੈਂ ਲੋਕਾਂ ਦਾ ਬੰਦਾ, ਮੈਂ ਲੋਕਾਂ ਜਾਵਾਂਗਾ। ਫੋਰ ਐਗਜ਼ਾਮਪਲ, ਉਹਨਾਂ ਦਾ ਇਹ ਕਹਿਣਾ ਤੁਸੀਂ DC ਸਾਹਿਬ ਬਾਹਰ ਨਿਕਲਿਆ ਕਰੋ, ਜਾਇਆ ਕਰੋ, ਜਾਓ ਜੀ, ਨਹੀਂ ਨਹੀਂ ਤੁਸੀਂ ਹਾਲੇ ਵੀ ਪੂਰਾ ਨਹੀਂ ਜਾਂਦੇ, ਅੱਛਾ ਹੋਰ ਦੇਖੋ। ਬੇਅੰਤ ਸਿੰਘ ਜਿਹੜੇ ਸੀਗੇ ਨਾ, ਉਹਨਾਂ ਨੇ ਟੈਰਰਿਜ਼ਮ ਤੋਂ ਬਾਅਦ ਸ਼ੁਰੂ ਕੀਤਾ ਸੀ ਕੰਮ, ਤੇ ਉਹਨਾਂ ਦੀ ਫਾਈਨੈਂਸ਼ੀਅਲ ਮੈਨੇਜਮੈਂਟ ਬਹੁਤ ਜ਼ਬਰਦਸਤ ਸੀਗੀ। ਅੱਛਾ, ਕਿਸ ਤਰ੍ਹਾਂ? ਮਤਲਬ ਉਹਨਾਂ ਨੇ ਜੋ ਉਹਨਾਂ ਦੇ ਦੌਰਾਨ, ਜਾਂ ਤਾਂ ਉਹ ਜਿਹੜੇ ਪੀੜਿਤ ਲੋਕ ਸੀਗੇ 84 ਦਾ ਜਿਹੜਾ ਸੰਤਾਪ ਅਸੀਂ ਭੋਗਿਆ ਹੈਗਾ, ਉਸ ਤੋਂ ਬਾਅਦ ਜੋ ਸਮੇਂ ਆਇਆ ਉਹਦੇ ਵਿੱਚ ਗੌਰਮੈਂਟ ਵੀ ਆਪਣੇ ਪੱਧਰ 'ਤੇ ਕੁਛ ਕੰਮ ਕਰ ਰਹੀ ਸੀਗੀ, ਕੁਛ ਹੋਰ ਚੱਲ ਰਹੀ ਸੀਗੀ, ਅਤੇ ਮੈਂ ਸਮਝਦਾ ਹੈਗਾ ਕਿ ਜਿਹੜੀ ਉਹਨਾਂ ਦੇ ਗ੍ਰੈਸਪਿੰਗ ਆਫ ਪਬਲਿਕ ਔਰ ਗ੍ਰੈਸਪਿੰਗ ਆਫ ਐਡਮਿਨਿਸਟ੍ਰੇਟਰਸ, ਉਹ ਬਹੁਤ ਜ਼ਬਰਦਸਤ ਸੀ। ਇਹ ਜਦੋਂ ਤੁਸੀਂ ਬੇਅੰਤ ਸਿੰਘ ਹੋਰਾਂ ਦਾ ਕੰਮ ਕੀਤਾ ਤਾਂ KPS ਗਿੱਲ ਜਿਹੜੇ ਨੇ ਉਹ ਬਹੁਤ ਪਾਵਰਫੁਲ ਸੀ ਜੀ। ਕੀ ਤੁਸੀਂ ਇਹ ਦੇਖਿਆ ਆਪਣੀ ਸਾਰੀ ਟਨਿਓਰ ਦੇ ਵਿੱਚ ਡਿਪਟੀ ਕਮਿਸ਼ਨਰ ਔਰ SSP ਦੋਨਾਂ ਦਾ ਕਦੇ ਟਕਰਾਅ ਵੀ ਹੋ ਜਾਂਦਾ ਸੀ, ਖਾਸ ਤੌਰ 'ਤੇ ਉਹਨਾਂ ਦਿਨਾਂ 'ਚ? ਦੇਖੋ, ਟਕਰਾਓ ਤਾਂ ਉਹਨਾਂ ਦਿਨਾਂ 'ਚ ਇਸ ਕਰਕੇ ਹੋ ਗਿਆ ਸੀ ਕਿ ਪੁਲਿਸ ਹੈਡ ਬਿਕਮ ਮੋਰ ਪਾਵਰਫੁਲ, ਉਹੀ ਗੱਲ ਕਰ ਜਿਹੜੀ ਸੀਗੀ ਉਹਦੇ ਵਿੱਚ। ਫੋਰ ਐਗਜ਼ਾਮਪਲ, ਇੱਕ ਸਟੇਜ ਐਸੀ ਵੀ ਆ ਗਈ ਸੀਗੀ ਕਿ ਜਿਹੜੇ ਮੈਜਿਸਟਰੇਟਸ ਦੇ ਆਰਡਰਸ ਡਾਇਰੈਕਟਲੀ ਆ ਜਾਂਦੇ ਸੀਗੇ ਕਿ ਆਹ ਮੈਜਿਸਟਰੇਟ ਫਲਾਣੀ ਥਾਂ 'ਤੇ ਪਹੁੰਚ ਜਾਵੇ, ਫਲਾਣੀ ਥਾਂ 'ਤੇ ਪਹੁੰਚ ਜਾਵੇ, ਜਿਹੜਾ ਕਿ ਰਿਸੈਂਟਮੈਂਟ ਵੀ ਹੋਈ ਉਸ ਨੂੰ ਫਿਰ ਮੋਡੀਫਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਦੋਂ ਸ਼ਾਇਦ ਜ਼ਰੂਰਤ ਇਸ ਕਿਸਮ ਦੀ ਸੀਗੀ ਕਿ ਇਮੀਡੀਏਟ ਮੈਜਿਸਟਰੇਟ ਦੀ ਲੋੜ ਹੈਗੀ, ਜਦਕਿ ਮੈਜਿਸਟਰੇਟ ਬੇਸਿਕਲੀ ਤੁਸੀਂ ਕਿਤੇ ਦੇਖਿਆ ਹੋਣਾ ਕਿ ਕਿਸੇ ਦੇ ਆਰਡਰ ਰਜਿਸਟਰ ਨਹੀਂ ਕੀਤੇ, ਕੁਛ ਨਹੀਂ ਕੀਤੇ। ਈਵਨ ਜਿਹੜੇ ਜਦੋਂ ਇਹ ਤੁਹਾਡਾ ਹੋਇਆ ਹੈਗਾ 84 ਦਾ ਬਲੂ ਸਟਾਰ ਓਪਰੇਸ਼ਨ, ਉਹਦੇ ਵਿੱਚ ਵੀ ਦਿੱਕਤਾਂ ਆ ਗਈਆਂ ਸੀਗੀਆਂ ਵੀ ਡਿਸਟ੍ਰਿਕਟ ਮੈਜਿਸਟਰੇਟ ਦੇ ਕਿਹਦੇ ਸਾਈਨ ਸੀਗੇ ਐਂਟਰੀ ਦੇ, ਯੇ ਵੋ, ਲੋਟ ਆਫ ਥਿੰਗਸ ਹੈਪਨ। ਬਟ ਐਟ ਦੀ ਐਂਡ ਆਫ ਦੀ ਡੇ ਜਿਵੇਂ ਦੌਰ ਆਉਂਦਾ ਨਾ ਜੀ ਇੱਕ,
ਦੌਰ ਜਿਹੜਾ ਸੀਗਾ ਜਦੋਂ ਸਰਦਾਰ ਕੇ ਪੀ ਐਸ ਗਿੱਲ ਸੀ ਪੁਲਿਸ ਦੇ ਨਾਲ ਸੰਬੰਧਿਤ, ਲਾਅ ਐਂਡ ਆਰਡਰ ਦੇ ਨਾਲ, ਔਰ ਲਾਅ ਐਂਡ ਆਰਡਰ ਨਾਲ ਉਹਦਾ ਕੋਈ ਸੰਬੰਧ ਨਹੀਂ ਰਿਹਾ, ਤਕਨੀਕੀ ਤੌਰ 'ਤੇ ਉਹ ਟੈਰਰਿਜ਼ਮ ਨਾਲ ਸੀਗੇ। ਹੁਣ ਜਿਹੜਾ ਐਡਮਿਨਿਸਟ੍ਰੇਟਿਵ ਸੈਟਅਪ ਹੈ ਜਿਹਦੇ ਵਿੱਚ ਕਿ ਟੈਰਰਿਜ਼ਮ ਖਤਮ ਹੋਇਆ ਹੈਗਾ ਤਾਂ ਉਹ ਐਡਮਿਨਿਸਟ੍ਰੇਸ਼ਨ ਨਾਲ ਸੰਬੰਧ ਹੈ, ਉਹਦੇ ਵਿੱਚ ਕੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ, ਕਿੰਨੀ ਜ਼ਿਆਦਾ ਹੈ। ਮੇਰਾ ਖਿਆਲ ਹੁਣ ਬੜਾ, ਹੁਣ ਅੱਗੇ ਨਾਲੋਂ ਬੜਾ ਫਰਕ ਪੈ ਗਿਆ, ਐਮੀਕੇਬਲ ਹੈਗਾ ਹੁਣ। ਜੀ ਜੀ, ਇੱਕ ਸਵਾਲ, ਤੁਸੀਂ ਦੌਰ ਦੀ ਗੱਲ ਕੀਤੀ ਹੈ, ਜੇ ਮੈਂ ਪੁੱਛਾਂ ਕਿ ਕੁਲਵੀਰ ਸਿੰਘ ਕੰਗ ਹੋਰਾਂ ਦਾ ਇਸ ਜੋਬ 'ਚ ਆ ਕੇ ਸਭ ਤੋਂ ਵਧੀਆ ਦੌਰ ਕਿਹੜਾ ਸੀ, ਕੀ ਸੋਚਦੇ ਨੇ ਉਹ? ਮੈਂ ਕੁਛ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਲੇਕਿਨ ਡਿਟੀਰੇਸ਼ਨ ਜਿਹੜੀ ਹੈਗੀ ਉਹ ਕੰਟੀਨਿਊਸ ਹੈ। ਉਹ ਜਦੋਂ ਤੁਸੀਂ ਜੁਆਇਨ ਕੀਤਾ ਉਦੋਂ ਠੀਕ ਸੀ? ਕਾਫੀ ਹੱਦ ਤੱਕ ਠੀਕ ਸੀ ਜੀ। 79 'ਚ ਮੈਂ ਜੁਆਇਨ ਕੀਤਾ ਸੀਗਾ ਪੀ ਸੀ ਐਸ ਦੇ ਵਿੱਚ ਆ ਕੇ ਜੀ। ਉਹਦੇ ਵਿੱਚ ਮਿਨਿਸਟਰੀਅਲ ਜਾਂ ਪੋਲੀਟੀਕਲ ਇੰਟਰਫੀਰੈਂਸ ਵੀ ਨਹੀਂ ਸੀ ਹੁੰਦੀ, ਥੋੜ੍ਹੀ ਸੁਣਵਾਈ ਹੁੰਦੀ ਸੀ। ਜੇ ਤੁਸੀਂ ਕਿਸੇ ਨੂੰ ਜਾ ਕੇ ਕਿਸੇ, ਜਿਵੇਂ ਮੈਂ ਬਲਰਾਮ ਜਾਖੜ ਜੀ ਦੀ ਗੱਲ ਕੀਤੀ, ਮਤਲਬ ਇੰਨਾ ਹੋ ਗਿਆ ਕਿ ਉਹ ਮੈਨੂੰ ਕਹਿਣ ਲੱਗੇ ਕਿ ਜੀ ਬਲਰਾਮ ਸੀ ਜਾਂ ਸੁਨੀਲ ਸੀ? ਪੜਨ ਜੀ, ਉਦੋਂ ਬਲਰਾਮ ਜਾਖੜ ਨਾਲ ਹੋਇਆ ਸੀ ਜਾਂ ਸੁਨੀਲ ਜਾਖੜ ਨਾਲ ਹੋਇਆ ਸੀ? ਨਹੀਂ, ਸੁਨੀਲ ਜਾਖੜ ਵਾਸ ਵੈਰੀ ਯੰਗ, ਉਦੋਂ ਛੋਟੇ ਸੀ, ਬਲਰਾਮ ਜਾਖੜ ਨਾਲ ਹੋਇਆ ਸੀ। ਅੱਛਾ, ਤੇ ਜਦਕਿ ਉਹਨਾਂ ਦੇ ਜਿਹੜੇ ਲੜਕੇ ਸੀਗੇ ਜਿਹੜੇ ਪਹਿਲਾਂ ਮਿਨਿਸਟਰ ਰਹੇ ਨੇ ਸੱਜਣ, ਉਹ ਸੱਜਣ ਦੇ ਮੁਤਾਬਕ ਸੱਜਣ ਸੀ ਜੀ। ਉਹਨਾਂ ਕੋਲ ਚਲੇ ਜਾਓ, ਉਹ ਐਸੇ ਪੋਲੀਟੀਸ਼ੀਅਨ ਸੀ, ਮਿਨਿਸਟਰ ਵੀ ਸੀ ਜੀ, ਕਿ ਭਾਈ ਅਰੇ ਯਾਰ ਇਹ ਇਨਕਾ ਯਾਰ ਦੇਖੋ, ਇਹ ਤਾਂ ਬਹੁਤ ਗਰੀਬ ਸੇ ਲੋਕ ਹੈ, ਇਨਕਾ ਕੁਛ ਕਰੀਏ। ਉਹਨੇ ਪਿਆਰ ਨਾਲ ਕਹਿਣਾ, ਉਹਨਾਂ ਨੇ ਕਹਿਣਾ, ਅਸੀਂ ਕਹਿਣਾ ਸਰ ਉਹ ਐਸਾ ਹੈ ਸਰ ਕਿ ਇਹ 3-4 ਵਾਰ ਆ ਚੁੱਕੇ ਹੈ, ਇਨਕਾ ਕੇਸ ਤਾਂ ਹੋ ਨਹੀਂ ਸਕਦਾ। ਅੱਛਾ ਅੱਛਾ, ਹੋ ਨਹੀਂ ਸਕਦਾ, ਕੋਈ ਹੱਲ ਨਹੀਂ ਹੈ, ਦੇਖ ਲਓ ਕੁਛ ਤੋਂ ਕੁਛ ਕਰੋ। ਅੱਛਾ, ਉਹ ਲੈਵਲ ਸੀ। ਜਿਹੜਾ ਹੁਣ ਪ੍ਰੋਬਲਮ ਹੈਗੀ ਆ, ਛੋਟਾ ਜਿਹਾ ਦਰਬਾਰੀ ਉੱਠ ਕੇ ਉਹ ਕਹਿੰਦਾ ਜੀ ਹੁਣੀ ਐ ਕਰਕੇ ਦਿਖਾਓ ਮੈਨੂੰ, ਜੋ ਲੋਕਾਂ 'ਚ ਧਾਰਨਾ ਕਿ ਜੀ ਬੰਦਾ ਫੜੋ ਧੱਕੇ ਦੇ ਨਾਲ ਕੰਮ ਕਰਾ ਲਓ। ਜਿਹੜਾ ਧੱਕੇ ਵਾਲਾ ਕੰਮ ਹੈਗਾ ਜੀ, ਇਹ ਮੇਰਾ ਖਿਆਲ ਇਹ ਹੈਗਾ ਕਿ ਤਕਰੀਬਨ ਪੋਲੀਟੀਕਲ ਕੰਪਲਸ਼ਨਸ ਕਰਕੇ, ਕਿ ਜਦੋਂ ਵੋਟਾਂ ਘੱਟਦੀਆਂ ਨਜ਼ਰ ਆਉਂਦੀਆਂ ਨੇ ਉਦੋਂ ਰੌਲਾ ਪਿਆ। ਅਦੋਂ ਇਹ ਡੈਪਟੀ ਕਮਿਸ਼ਨਰਸ ਵੰਡਰਫੁੱਲ, ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਕਿਸੇ ਨੂੰ। ਕੰਗ ਸਾਹਿਬ, ਆ ਜਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਇਹ ਬਹੁਤ ਇਲਜ਼ਾਮ ਲੱਗਦੇ ਨੇ ਪੰਚਾਇਤ ਇਲੈਕਸ਼ਨ 'ਤੇ, ਬਲਾਕ ਸੰਮਤੀ 'ਤੇ, ਕਿ ਡਿਪਟੀ ਕਮਿਸ਼ਨਰ ਰੂਲਿੰਗ ਪਾਰਟੀ ਦੀ ਗੱਲ ਕਰਦੇ ਨੇ, ਇਹ ਸੱਚ ਹੁੰਦੀ ਹੈ ਗੱਲ? ਮੈਨੂੰ ਇੱਕ ਗੱਲ ਇਹ ਅੱਜ ਤੱਕ ਨਹੀਂ ਸਮਝ ਆਈ ਕਿ ਡਿਪਟੀ ਕਮਿਸ਼ਨਰ ਕਰ ਕੀ ਸਕਦਾ ਉਹਦੇ ਵਿੱਚ, ਇਹੀ ਕਰ ਸਕਦਾ ਜੀ। ਐਜ਼ ਅ ਡਿਪਟੀ ਕਮਿਸ਼ਨਰ ਮੈਂ ਵੀ ਪੰਚਾਇਤ ਕਰ ਨਹੀਂ ਸਕਦਾ, ਲੋਕਾਂ ਦੇ ਪੇਪਰ ਜਿਹੜੇ ਨੇ ਉਹ ਨਹੀਂ, ਉਹਨਾਂ 'ਚੋਂ ਓਬਜੈਕਸ਼ਨ ਲਾ ਸਕਦਾ, ਉਹਨਾਂ ਨੂੰ ਦਾਖਲ ਨਹੀਂ ਕਰਦਾ ਪੇਪਰ, ਇਹ ਤਾਂ ਡਿਪਟੀ ਕਮਿਸ਼ਨਰ ਦੇ ਬੰਦਿਆਂ ਨੇ ਕਰਨਾ ਨਾ, ਤੁਸੀਂ ਬੰਦਿਆਂ ਨੇ ਕਰਨਾ। ਹਾਂ ਹਾਂ, ਵੀਡੀਓਜ਼ ਲੈਵਲ ਹਰ ਹੈ ਤਾਂ ਉਹਨਾਂ ਦੇ, ਮਤਲਬ ਅੰਡਰ ਤਾਂ ਡਿਪਟੀ ਕਮਿਸ਼ਨਰ ਦੇ ਨੇ ਨਾ, ਰਿਸਪੋਂਸਿਬਿਲਟੀ ਤਾਂ ਡਿਪਟੀ ਕਮਿਸ਼ਨਰ। ਤੁਸੀਂ ਹੈਰਾਨ ਹੋਵੋਗੇ ਜੀ ਕਿ ਸ਼ਾਇਦ ਡਿਪਟੀ ਕਮਿਸ਼ਨਰ ਦਾ ਪਤਾ ਹੀ ਨਹੀਂ ਹੁੰਦਾ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਬਲਾਕ ਡਿਵੈਲਪਮੈਂਟ ਅਫਸਰਸ ਆਰ ਟੋਟਲੀ ਪੋਲੀਟੀਕਲ ਪੀਪਲ, ਉਹ ਉਹਨਾਂ ਨੇ ਦਿਨ ਰਾਤ ਪੋਲੀਟੀਸ਼ੀਅਨ ਕੋਲ ਰਹਿਣਾ। ਇਹ ਸਭ ਮੈਨੂਪਲੇਸ਼ਨ ਉਸ ਲੈਵਲ ਤੱਕ ਹੁੰਦੀਆਂ ਨੇ, ਉਤਲੇ ਲੈਵਲ ਤੱਕ ਆਉਂਦੇ ਆਉਂਦੇ ਬਹੁਤ ਜ਼ਿਆਦਾ ਫਿਲਟਰ ਹੋਇਆ ਹੁੰਦਾ। ਅਪੀਲ ਤਾਂ ਉਹਨਾਂ ਕੋਲ ਜਾਂਦੀ ਹੈ ਨਾ, ਰਿਜੈਕਸ਼ਨ ਦੀ ਪੇਪਰਸ ਦੀ ਨਾ, ਰਿਜੈਕਸ਼ਨ ਦੀ ਜਾਂ ਕੁਛ ਵੀ ਸਾਰਾ ਕੁਝ ਐਸਡੀਐਮ ਤੱਕ ਚਲੀ ਗਈ ਨਾ ਜੀ। ਹਾਂਜੀ, ਜਿਹੜਾ ਇਲੈਕਟੋਰਲ ਆਫੀਸਰ ਹੈਗਾ ਉਹ ਤਾਂ ਪਾਰਲੀਮੈਂਟ ਦਾ ਜਾਂ ਅਸੈਂਬਲੀ ਦਾ ਜਿਹੜਾ ਹੈਗਾ ਉਹਦੇ ਪੇਪਰ, ਦੇਖੋ ਅਸੈਂਬਲੀ ਦੇ ਪੇਪਰ ਤਾਂ ਰਿਜੈਕਟ ਹੋ ਨਹੀਂ ਸਕਦਾ, ਇਹ ਸਿਰਫ ਪੰਚਾਇਤਾਂ ਤੱਕ, ਪੰਚਾਇਤਾਂ ਤੱਕ ਜਾਂ ਲੋਕਲ ਬਾਡੀ ਤੱਕ। ਮੈਂ ਇਸ ਕੀਤਾ ਜੀ, ਪਰ ਜੇ ਇੱਕ ਡਿਪਟੀ ਕਮਿਸ਼ਨਰ ਨੂੰ ਪਤਾ ਹੈਗਾ ਕਿ ਵੀ ਤੁਸੀਂ ਤਾਂ ਪੇਪਰ ਕੋਈ ਰਿਜੈਕਟ ਨਹੀਂ ਕਰਨਾ, ਲੈਟ ਦਾ ਪੀਪਲ ਵੋਟ, ਔਰ ਉਹਦੇ ਵਿੱਚ ਦੇਖ ਲਾਂਗੇ। ਜੇ ਡਿਪਟੀ ਕਮਿਸ਼ਨਰ ਚਾਹੇ ਤਾਂ ਹੁੰਦਾ, ਜੋ ਹੀ ਜ਼ਰੂਰ ਤੋਂ ਜ਼ਿਆਦਾ ਸਾਡੇ, ਮੈਂ ਨਾਂ ਨਹੀਂ ਲਵਾਂਗਾ, ਅਤੇ ਮਸ਼ਹੂਰ ਸੀਗੇ ਜੀ ਉਹ ਕਹਿੰਦੇ ਜੀ ਉਹ ਲਾਤੇ ਐਸ ਡੀ ਐਮ ਲਾਤੇ, ਕਦੇ ਕਹਿੰਦੇ ਇਸ ਤਰ੍ਹਾਂ ਕਰ ਦਿਓ ਜੀ, ਠੀਕ ਹੈ। ਉਹ ਛਾਪਾ ਮਾਰੀ ਮਸ਼ਹੂਰ ਹੋ ਗਏ, ਜੋ ਆਪ ਹੀ ਉੱਠ ਕੇ ਛਾਪੇ ਮਾਰਨ ਲੱਗ ਗਏ ਸੀ ਕਿਤੇ ਜਾ ਕੇ, ਉਹ ਕਹਿੰਦੇ ਲਓ ਜੀ ਵੋਟਾਂ ਛਾਪਤੀਆਂ। ਇਹ ਚੀਜ਼ਾਂ ਵੀ ਹੋਈਆਂ ਨੇ, ਲੇਕਿਨ ਇੱਕ ਇੰਡੀਵਿਜੁਅਲ ਤੋਂ ਜਾਂ ਦੋ ਇੰਡੀਵਿਜੁਅਲ ਤੋਂ ਲੈ ਕੇ ਤੁਸੀਂ ਇਹਨੂੰ ਜਨਰਲਾਈਜ਼ ਜਨਰਲਾਈਜ਼ ਨਹੀਂ ਕਰ ਸਕਦੇ। ਲੇਕਿਨ ਮੈਂ ਪੰਚਾਇਤ ਇਲੈਕਸ਼ਨ ਦੀ ਗੱਲ ਕਰਦਾ ਕਿ ਇਹ ਪੋਲੀਟੀਕਲ ਲੈਵਲ ਜਿਹੜਾ ਹੈਗਾ ਇਹ ਪੰਚਾਇਤ ਸੈਕਟਰੀ ਔਰ ਬੀ ਡੀ ਓ ਲੈਵਲ ਤੱਕ ਖਤਮ ਹੋਣਾ। ਤੁਸੀਂ ਫੌਜ ਵੀ ਰਹੇ, ਔਰ ਫੌਜ ਵਾਲੇ ਨਜਾਇਜ਼, ਮੇਰੇ ਸਾਡੀ ਜਿਵੇਂ ਇਹ ਧਾਰਨਾ ਹੈ, ਇਹ ਵੀ ਧਾਰਨਾ ਹੈ ਕਿ ਉਹ ਅਫਸਰ ਜਿਹੜਾ ਫੌਜ 'ਚੋਂ ਆਇਆ ਹੁੰਦਾ ਉਹ ਬਾਕੀ ਨਾਲ ਥੋੜ੍ਹਾ ਜਿਹਾ ਵੱਖਰਾ ਹੁੰਦਾ, ਅਨੁਸ਼ਾਸਨ 'ਚ ਰਹਿਣ ਵਾਲਾ ਹੁੰਦਾ, ਅਤੇ ਇੱਧਰ ਬੜੇ ਜਿਹੜੇ ਵਾਹ ਪੈਂਦਾ ਹਲਕਾ ਇੰਚਾਰਜ ਦੇਸੀ ਜੇ ਬੰਦੇ ਆ ਕੇ ਕਈ ਵਾਰੀ ਰੋਬ ਵੀ ਦੇਣਾ ਸ਼ੁਰੂ ਕਰਦੇ ਨੇ, ਬਿਨਾਂ ਪੁੱਛੇ ਅੰਦਰ ਆ ਜਾਂਦੇ ਨੇ, ਹੁਣੇ ਕੰਮ ਕਰੋ, ਜਾਇਜ਼ ਕੰਮ ਕਰੋ, ਜਾਇਜ਼ ਕੰਮ ਤਾਂ ਵੈਸੇ ਹੋ ਜਾਂਦੇ ਨੇ, ਸਾਡੇ ਆਉਣ ਦਾ ਸਾਨੂੰ ਕੀ ਫਾਇਦਾ ਜੀ, ਸਾਡੀ ਪਾਰਟੀ ਦਾ ਪਿਛਾ, ਤੁਸੀਂ ਤਾਂ ਸਰਵਿਸ ਕਰਦੇ ਹੋ, ਸਾਡੀ ਪਾਰਟੀ ਦਾ ਰਾਜ ਹੈ, ਇਹ ਕਰੋ, ਕਦੇ ਇਹੋ ਜਿਹਾ ਹੋਇਆ? ਇਹ ਤਾਂ ਕਾਮਨ ਜੀ ਗੱਲ ਹੈਗੀ ਹੈ ਜੀ, ਇਹਦੇ ਵਿੱਚ ਨਹੀਂ, ਕੋਈ ਪੋਲੀਟੀਸ਼ੀਅਨ ਦਾ ਪੁੱਛ ਰਹੇ, ਕਿਸੇ ਕੋਈ ਵੱਡੇ ਬੰਦੇ ਨਾਲ, ਕਿਸੇ ਮੰਤਰੀ, ਕਿਸੇ ਉਹਦੇ ਨਾਲ।
ਹਾਂ ਇੱਕ ਟ੍ਰਾਂਸਫਰ ਵੀ ਮੇਰੀ ਉਹਦੇ ਕਰਕੇ ਹੋਈ ਸੀਗੀ। ਖੈਰ ਟ੍ਰਾਂਸਫਰਾਂ ਤਾਂ ਹਮੇਸ਼ਾ ਹੀ ਪੋਲੀਟੀਕਲ ਹੁੰਦੀਆਂ ਨੇ। ਕਿਹਨੇ ਕੀਤੀ ਸੀ? ਵੈਲ ਮੈਂ ਨਾਂ ਨਹੀਂ ਲਵਾਂਗਾ, ਲੇਕਿਨ ਉਹ ਇੰਟਰਸਟਿੰਗ ਬਹੁਤ ਹੈਗਾ ਕਿਉਂਕਿ ਕੀ ਸੀ ਗੱਲ, ਉਹ ਕਹਿੰਦੇ ਜੀ ਕੰਮ ਕਰੋ ਤੁਸੀਂ, ਆਹ ਨਹੀਂ ਕਰਦੇ ਵਾਹ ਨਹੀਂ ਕਰਦੇ। ਮੈਂ ਕਿਹਾ ਜੀ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹਾਂ ਔਰ ਜੋ ਸਹੀ ਹੈ, ਔਰ ਮੈਂ ਕਹਿੰਦੇ ਇਹ ਤਾਂ ਫਿਰ ਬਈ ਸਾਰੀ ਗੜਬੜ ਹੈ। ਮੈਂ ਕਿਹਾ ਸਰ ਫਿਰ, ਕਹਿੰਦੇ ਨਹੀਂ ਤੁਸੀਂ ਆਹ ਕੰਮ ਅੱਜ ਹੀ ਕਰਕੇ ਆਓ। ਅੱਛਾ। ਔਰ ਆਪ ਲੱਭੋ ਬੰਦੇ ਨੂੰ ਅਤੇ ਉਹਦਾ ਕੰਮ ਕਰੋ। ਅੱਛਾ। ਤਾਂ ਫਿਰ ਮੈਂ ਉਹਨੂੰ ਕਿਹਾ ਸਰ ਤੁਸੀਂ ਨਵਾਂ ਅਫਸਰ ਲੱਭ ਲਓ, ਮੈਂ ਅਤੇ ਲੱਭ ਲਿਆ ਫਿਰ ਉਹਨਾਂ ਨੂੰ। ਉਹ ਨਹੀਂ ਫਿਰ ਮੇਰਾ ਖਿਆਲ ਰਾਤ ਨਹੀਂ ਪੈਣ ਦਿੱਤੀ ਜਦੋਂ ਬਦਲੀ ਹੋ ਗਈ, ਉਹਨਾਂ ਨੂੰ ਨਵਾਂ ਪਤਾ ਲੱਭ ਲਿਆ ਜਿਹੜੀ ਉਹਨੂੰ ਨਵੀਂ ਜਗ੍ਹਾ ਦਿਖਾਤੀ ਜਿਹੜੀ। ਇਹ ਇੱਕ ਬੜੀ ਮਜਬੂਰੀ ਵਾਲੀ ਗੱਲ ਹੈ ਵਾਲੀਆ ਸਾਹਿਬ, ਕਿ ਜ਼ਿੰਦਗੀ ਦੇ ਵਿੱਚ ਜੇ ਸਾਡੇ ਔਫਿਸਰਸ ਦੇ ਵਿੱਚ ਦਮ ਹੋਵੇ ਔਰ ਚਾਰ ਕੰਜ਼ੈਕਟਿਵ ਆਫਿਸਰਸ ਆਪਣੀ ਜਾਨ ਦੇਣ ਨੂੰ ਤਿਆਰ ਹੋ ਜਾਣ, ਜਾਨ ਤੋਂ ਮਤਲਬ ਜਾਨ ਦੇ ਟ੍ਰਾਂਸਫਰ ਹੀ ਹੁੰਦੀ ਹੈ, ਵੱਧ ਵੱਧ ਕੀ ਕਰਦੇ ਹੋ, ਉਹੀ ਬਦਲੀਆਂ ਜਾਨ ਹੋ ਗਈ ਜੀ ਅੱਜ ਕੱਲ੍ਹ। ਅੱਛਾ। ਔਰ ਬੜਾ ਟਿਪੀਕਲ ਜਿਹਾ ਕਰਦੇ ਨੇ। ਦੇਖੋ ਇੱਕ ਪੋਲੀਟੀਸ਼ੀਅਨ ਨੇ ਪਿਛਲੇ 20-25 ਸਾਲ 'ਚ ਕੰਮ ਕੀਤਾ ਕਿ ਆਫਿਸਰ ਦੀ ਪੂਰੀ ਡਿਟੇਲ ਲਓ, ਕਿਹਦਾ ਨਿਆਣਾ ਕਿੱਥੇ ਪੜ੍ਹਦਾ, ਕੀ ਕਰਦਾ, ਹਾਊ ਟੂ ਹਿੱਟ ਹਿਮ, ਇਹ ਜਿਹੜੀ ਜਿਵੇਂ ਇਹਨੂੰ ਇਹਨੂੰ ਪਿੰਚ ਕੀ ਕਰਦਾ, ਬਲੈਕਮੇਲਿੰਗ ਹੈ ਕਿਸੇ ਦੀ। ਦੇਖੋ ਜਦੋਂ ਪੂਰਾ ਨੇਸ਼ਨ ਹੀ ਬਲੈਕਮੇਲਿੰਗ 'ਚ ਹੋ ਗਿਆ ਤਾਂ ਫਿਰ ਤੁਸੀਂ ਸਾਡੇ ਵਰਗੇ ਛੋਟੇ ਵੱਡੇ ਕੀ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਸਾਡੇ ਨਾਲ? ਦੇਖੋ ਲੋਕਾਂ ਦੇ ਨਾਲ, ਹੁਣ ਤੁਸੀਂ ਮੈਨੂੰ ਦੱਸੋ ਕਿ ਲੋਕ ਇੰਨੇ ਕੁ ਗਰੀਬ ਨੇ, ਕੀ ਤੁਸੀਂ ਮਹਿਸੂਸ ਕਰਦੇ ਹੋ, ਕੋਈ ਇੱਕ ਆਮ ਬੰਦਾ ਮਹਿਸੂਸ ਕਰਦਾ ਕਿ ਮੈਨੂੰ ਇੱਥੇ ਬੋਲਣ ਦੀ ਲੋੜ ਹੈ, ਕਿ ਉਹਨੂੰ ਨਿਆਂ ਮਿਲਦਾ ਕਿ ਨਹੀਂ ਮਿਲਦਾ, ਕਿਸ ਤਰ੍ਹਾਂ ਦਾ ਨਿਆਂ ਮਿਲਦਾ ਹੈਗਾ? ਗੜੇ ਪੈ ਜਾਣ ਤਾਂ ਲੋਕਾਂ ਦੇ ਵਿੱਚ ਸ਼ਿਕਾਇਤ ਹੁੰਦੀ ਹੈ ਜੀ ਕਿ ਜੀ ਬੜੇ ਬੜੇ ਲੈ ਗਏ ਜੀ, ਜਿਹਨੇ ਦੀ ਸੀਗੀ ਉਹਦੇ ਹੋਇਆ ਹੀ ਕੱਖ ਨਹੀਂ। ਉਹ ਡਿਪਟੀ ਕਮਿਸ਼ਨਰ ਦੀ ਡਾਇਰੈਕਟ ਰਿਸਪੋਂਸੀਬਿਲਿਟੀ ਹੈ ਕਿ ਉਹ ਕੀ ਕਰਦਾ ਕੀ ਨਹੀਂ ਕਰਦਾ। ਇਹਦਾ ਇੰਤਕਾਲ ਜਲਦੀ ਕਰਦੇ, ਲੋਕ ਲਾਈਨ 'ਚ ਖੜੇ ਨੇ, ਬੰਦਾ ਅੰਦਰ ਜਾ ਕੇ ਜਲਦੀ ਕਰਾ ਲੈਂਦਾ, ਉਹ ਚਲੋ ਉਹ ਇੱਕ ਪ੍ਰਿਵਿਲੇਜ ਦੇ ਤੌਰ 'ਤੇ ਮੰਨਿਆ ਜਾ ਸਕਦਾ ਹੈਗਾ। ਲੇਕਿਨ ਕਿਸੇ ਸਟੇਜ ਦੇ ਉੱਤੇ ਮੈਂ ਇਹ ਕਹਾਂਗਾ ਕਿ ਮੰਤਰੀ ਜਦੋਂ ਆਉਂਦੇ ਸੀ ਤਾਂ ਉਹ ਇਹ ਕਹਿੰਦੇ ਹੁੰਦੇ ਸੀ ਕਿ ਜੀ ਮੈਂ ਵੀ ਇਹਨੂੰ ਐਂ ਕਰ ਦਿਓ, ਅਸੀਂ ਆਹ ਚਾਹੁੰਦੇ ਹਾਂ, ਆਹ ਲੋਕਾਂ ਦਾ ਵੈਲਫੇਅਰ ਹੈ, ਇਹਦੇ 'ਚ ਇਸ ਤਰ੍ਹਾਂ ਤੁਹਾਨੂੰ ਪੈਸੇ ਫੰਡਸ ਵਗੈਰਾ ਆ ਜਾਣਗੇ, ਅਸੀਂ ਇਹ ਕੰਮ ਕਰ ਦਿਓ। ਫਿਰ ਇੱਕ ਸਮਾਂ ਐਸਾ ਵੀ ਆਇਆ ਕਿ ਜਦੋਂ ਮੰਤਰੀ ਆ ਕੇ ਕਹਿੰਦੇ ਸੀ ਬਈ ਆਹ ਕੰਮ ਹੀ ਐਂ ਕਰਨਾ, ਇੱਕ ਸਮਾਂ ਐਸਾ ਆ ਗਿਆ ਕਿ ਮੰਤਰੀ ਬਹਿ ਜਾਂਦਾ ਸੀ ਆ ਕੇ, ਉਹ ਇਹ ਸੋਚਣ ਲੱਗ ਗਿਆ ਕਿ ਮੇਰੇ ਦਿਮਾਗ 'ਚ ਕੀ ਆ, ਤੁਸੀਂ ਉਹ ਲੱਭੋ ਅਤੇ ਤੁਸੀਂ ਉਹ ਕਰੋ, ਔਰ ਉਹਦਾ ਐਨਫ ਇੰਡੀਕੇਸ਼ਨ ਦਿੰਦੇ ਸੀਗੇ। ਹੁਣ ਪ੍ਰੋਬਲਮ ਇਹ ਆ ਗਈ ਹੈਗੀ ਹੈ ਕਿ ਜਿਹੜੀ ਚੰਡੀਗੜ੍ਹ ਸਾਡੀ ਕੈਪੀਟਲ ਹੈਗੀ ਹੈ, ਜਦੋਂ ਲੋਕ ਚੰਡੀਗੜ੍ਹ ਨੂੰ ਤੁਰੇ ਜਾਂਦੇ ਹੁੰਦੇ ਨੇ ਤਾਂ ਮੰਤਰੀ ਉੱਧਰੋਂ ਇੱਧਰ ਨੂੰ ਵਾਪਸ ਆ ਰਹੇ ਹੁੰਦੇ ਨੇ, ਰਾਬਤਾ ਟੁੱਟ ਚੁੱਕਿਆ, ਆ ਕੇ ਮਿਲਣਾ ਕਿਹਨੂੰ ਹੈ? ਸਿਕਿਉਰਿਟੀ ਇੰਨੀ ਵੱਧ ਗਈ ਹੈਗੀ, ਹੁਣ ਡਰਦੇ ਨੇ, ਲੋਕ ਮਿਲ ਨਹੀਂ ਸਕਦੇ, ਉੱਥੇ ਪਹੁੰਚ ਨਹੀਂ ਸਕਦੇ। ਜਿਹੜਾ ਇਹ ਮੁੱਦਾ ਹੈਗਾ ਲੋਕਾਂ ਦਾ, ਇਹ ਹੈਗਾ ਜੀ ਇਹਦੇ ਵਿੱਚ ਨਿਆਂ ਜਿਹੜਾ ਹੈਗਾ ਉਹ ਕੈਜੂਅਲਟੀ ਹੋ ਚੁੱਕਿਆ ਇਸ ਵੇਲੇ, ਔਰ ਉਸ ਕੈਜੂਅਲਟੀ ਨੂੰ ਤਕਰੀਬਨ ਹੁਣ ਉਹ ਆਈ ਸੀ ਯੂ 'ਚ ਪਹੁੰਚਣ ਨੂੰ ਤਿਆਰ ਹੈ, ਔਰ ਕੁਛ ਸਾਲਾਂ ਤੋਂ ਬਾਅਦ ਸ਼ਾਇਦ ਵੈਂਟੀਲੇਟਰ 'ਤੇ ਹੀ ਲੱਗ ਜੇ। ਅਤੇ ਜਦੋਂ ਇਸ ਤਰ੍ਹਾਂ ਦੀ ਹਾਲਾਤ ਕੰਸਰਵ ਹੋ ਰਹੀ ਹੈ ਅਤੇ ਜਿਹੜੇ ਸਭ ਤੋਂ ਜੇ ਕਹਿ ਸਕਦੇ ਹਾਂ ਕਿ ਜਿਹੜੀ ਕੌਮ ਪੜ੍ਹੀ ਲਿਖੀ ਕੌਮ ਜਾਂ ਜਿਹੜੇ ਉਹ ਵਰਗ ਜਿਹੜਾ ਤੁਹਾਡਾ ਵਰਗ ਹੈ ਬਿਊਰੋਕਰੈਟਸ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਅਤੇ ਤੁਹਾਡੇ ਯਾਦ ਹੋਏਗਾ ਕਿ ਜਦੋਂ ਮੈਂ ਡਾਇਰੈਕਟਰ ਆਈ ਐੱਸ ਸੀ, ਤੁਸੀਂ ਵੀ ਅਕਸਰ ਆਉਂਦੇ ਸੀ, ਅਤੇ ਬੱਚੇ ਇਹ ਸਵਾਲ ਕਰਦੇ ਸੀ ਕਿ ਜੇ ਕੁਛ ਆਹੀ ਹੋਣਾ ਹੈ, ਦਖਲਅੰਦਾਜ਼ੀ ਇਹੀ ਹੋਣੀ ਹੈ, ਫਿਰ ਅਸੀਂ ਆਈ ਐੱਸ ਜਾਂ ਸਿਵਲ ਸਰਵੈਂਟ ਕਿਉਂ ਬਣੀਏ? ਫਿਰ ਅਸੀਂ ਤਾਂ ਅਸੀਂ ਲੋਕਾਂ ਦੇ ਲਈ ਥੋੜ੍ਹੀ ਆ, ਫਿਰ ਤਾਂ ਇਹਨਾਂ ਦੇ ਅਸੀਂ ਪੋਲੀਟੀਸ਼ੀਅਨ ਦੀ ਸੇਵਾ 'ਤੇ ਆ ਗਏ ਕਿ ਇਹ ਇਹ ਉਹਨਾਂ ਦੀ ਧਾਰਨਾ ਠੀਕ ਨਹੀਂ ਲੱਗਦੀ ਫਿਰ ਜੇ ਆਹ ਕੁਛ ਹੋ ਰਿਹਾ? ਧਾਰਨਾ ਹੀ ਹੈ ਨਾ ਜੀ। ਜੀ ਉੱਥੋਂ ਜਿਹੜੇ ਤੁਹਾਡੇ ਆਈ ਐੱਸ ਤੋਂ ਟ੍ਰੇਨਿੰਗ ਲੈ ਕੇ ਗਏ ਨੇ ਔਰ ਆਈ ਐੱਸ ਬਣ ਗਏ ਨੇ ਜਾਂ ਪੀ ਸੀ ਐੱਸ ਬਣ ਗਏ ਨੇ ਜੀ, ਕੀ ਉਹ ਡਿਫਰੈਂਟ ਨੇ? ਮੈਂ ਤਾਂ ਉਹੀ ਤੁਹਾਨੂੰ ਪੁੱਛ ਰਿਹਾ ਨਾ ਜੀ। ਹੁਣ ਦੇਖੋ ਪਤਾ ਕੀ ਹੈ ਜੀ, ਜਿਹੜਾ ਯੰਗ ਆਫਿਸਰ ਹੈ ਜੀ, ਸਾਡੇ ਤਾਂ ਇੱਕ ਇਹ ਨਹੀਂ ਪਤਾ ਲੱਗਦਾ ਐਗਜ਼ੈਕਟਿਵ 'ਚ ਕਿ ਮੈਲਾਫਾਈਡੀ ਕੰਮ ਕੀ ਸੀ ਅਤੇ ਬੋਨਾਫਾਈਡੀ ਕਿਹੜਾ ਸੀ। ਜੁਡੀਸ਼ਰੀ ਦੇ ਵਿੱਚ ਇੱਕ ਛੋਟੇ ਲੈਵਲ ਤੋਂ ਜਦੋਂ ਜਾਂਦਾ ਸੈਸ਼ਨ ਚਲੇ ਗਿਆ, ਸੈਸ਼ਨ ਦੇ ਜੱਜਮੈਂਟ ਨੂੰ ਹਾਈ ਕੋਰਟ ਨੇ ਬਦਲਤਾ, ਉਹਨਾਂ ਨੂੰ ਬੰਦੇ ਨੂੰ ਪਨਿਸ਼ਮੈਂਟ ਤਾਂ ਨਹੀਂ ਨਾ ਹੁੰਦੀ? ਇੱਥੇ ਤਾਂ ਪਨਿਸ਼ਮੈਂਟ ਲੱਗ ਜਾਂਦੀ ਹੈ ਕਿ ਦਿਸ ਮੈਨ, ਓ ਮਾਈ ਗਾਡ, ਦਿਸ ਗਾਈ, ਇਹ ਤਾਂ ਮੈਲਾਫਾਈਡ ਇੰਟਰਨੈਸ਼ਨਲ ਕੰਮ ਕੀਤਾ ਵਿਆ, ਇੱਕ ਇਨਕੁਆਇਰੀ ਕੀਤੀ, ਇੱਕ ਤਾਂ ਉਹ ਡਰਾਬਾ ਪੈਦਾ ਹੋਇਆ ਵਿਆ। ਨੰਬਰ ਦੋ, ACR ਦਾ ਵੀ ਤਾਂ ਡਰਾਬਾ ਥੋੜ੍ਹੇ ਤੁਹਾਡੇ। ਦੂਸਰਾ ਜਿਹੜਾ ਮੇਰਾ ਮੇਜਰ ਮੁੱਦਾ ਹੈਗਾ ਜੀ, ਉਹ ਇਹ ਹੈਗਾ ਕਿ ਜਦੋਂ ਸੀਨੀਅਰ ਆਫਿਸਰਸ ਹੋਣ, ਪਹਿਲਾਂ ਉਹ ਸਟੈਂਡ ਕਰਦੇ ਸੀ ਤੁਹਾਡੇ ਨਾਲ, ਸੀਨੀਅਰ ਆਫਿਸਰਸ, ਤੁਸੀਂ ਫੋਨ ਕਰਦੇ ਸੀ ਕਿ ਸਰ ਮੈਂ ਆਹ ਐਕਸ਼ਨ ਕਰਨ ਲੱਗਿਆ, ਮਿਨਿਸਟਰ ਲੈਵਲ 'ਤੇ ਸਰ ਆਹ ਗੱਲ ਹੋ ਚੁੱਕੀ ਹੈ, ਜਾਂ ਉਹਨਾਂ ਦੇ ਛੋਟੇ ਲੈਵਲ 'ਤੇ ਆਹ ਹੋਈ ਸੀ, ਉਹਨੇ ਮਿਨਿਸਟਰ ਨੂੰ ਕੰਪਲੇਂਟ ਕਰਨੀ ਹੈ, ਇਹ ਹੈ ਵਟ ਐਵਰ ਦਾ ਪ੍ਰੋਬਲਮ ਇਸ, ਉਹ ਕਹਿੰਦੇ ਸੀ ਠੀਕ ਹੈ ਕਿ ਤੁਸੀਂ ਹੋਲਡ ਕਰੋ, ਇਹ ਮੇਰਾ ਕੰਮ ਹੈ, ਇਹ ਮੇਰੇ ਲੈਵਲ ਦਾ ਕੰਮ ਹੈ, ਮੈਂ ਆਪੀ ਸੋਰਟ ਆਊਟ ਕਰਾਂਗਾ, ਤੁਸੀਂ ਆਪਣਾ, ਤੁਸੀਂ ਸਹੀ ਹੋ, ਹਾਂਜੀ, ਆਰ ਯੂ ਸ਼ੋਰ,
हाँ जी सर बिल्कुल मैं सही दस रहा थोनू अज वो भी नहीं स्टैंड करते जो बैकबोन टुट जाए थोड़ी जो थोड़ी सपोर्ट खत्म हो जाए असं यंग ऑफिसर जी आप किसी होर की करोंगे बिल्कुल थोड़ी गल ये ठीक है फिर इस हालात के हूँ एक मतलब समझौता कर लिए कंप्रोमाइज ही कर लिए कंप्रोमाइज तो जी हर जगह पर हो रहा है जी थोड़े एजुकेशन हो रहा है हेल्थ हो रहा है कितने भी चले जाओ कंप्रोमाइज नाल ही चल रहा हूँ क्योंकि जो पिछले 15 साल जो नज़र आया है वो एक अनफॉर्चुनेट है जिथे के ब्यूरोक्रैट्स पॉलिटिशियन बनना चाहते हैं तो पॉलिटिशियन ब्यूरोक्रैट बनना चाहते हैं जो ये कॉम्बीनेशन आ जाएगा तो यह जो तुम मेरे ना सवाल जवाब कर रहे हो ये उस स्टेज उत्ते पहुँच चुके हैं किन्ने साडे ऑफिसर्स ने जिहड़े हुण ओह 2 साल पहला रिजाइन कर दो करके दरबारा सिंह गुरु मतलब पहला चीफ सैकटरी रहो फिर तुसी जाके इलेक्शन लड़ लो अज जेएनके दे विच टॉपर आईएएस टॉपर आ छड़ के चले एंबिशन देखो ना कितने पहुंच गया जी तुसी एंबिशन क्यों आईया ब्यूरोक्रेट्स उन्होंने खुद ही पता है कि असी इन्हों इन्ना पावरफुल करता कि हम इतनी की बजाय उत्ते ठीक है जनरल जे जे सिंह मतलब तुसी जेड़ा लेफ्टिनेंट गवर्नर रहा आर्मी चीफ रहा वो आके सुखबीर सिंह बादल दे आके गुड़िया तला रहे थे इत्थे कैप्टन साहब ने लड़ रहे हो टक्सालियां चले उन्होंने तो मैं धन धन कहूंगा जी क्योंकि उहो जे बंदे घट ही पैदा हो दुनिया च सो ये जेड़े हालात जिस तरह के बने ने कंग साहब इहदे च इक सवाल होर जांदे जांदे फिर हल्का जिहा सवाल ये जदों दे हल्का इंचार्ज वाली गल शुरू की है बादल साहब ने उदों ज़्यादा नहीं दखलदाजी वध गई ये बदकिस्मती है जी यही सब तो वड्डी बदकिस्मती है कि जिवें मैं तुहानू कहा सी कि ड्यूटीरेशन हौली हौली हुंदी आई है हुण ये कंप्लीट हो चुकी है हल्का इंचार्ज कौन ने जो बंदा हार ही गया हल्का इंचार्ज बनाता उहनू हल्का इंचार्ज बना दो उदू थले वो तो हल्क गए ना जी जिवें आपां कहिंदे वी इह हल्क गए हल्का इंचार्ज कह दिंदे जी धक्के दे नाल थानेदार डरदा हल्का इंचार्ज हैगा तुसीं उत्थे जिहे जे मर्जी हो मैं प्रोफेसर हां जी कहिंदे अच्छा कहिंदे जी हल्का तुसीं एक मिनट भाई साहब तुसीं गड्डी गुड्डी च बैठो जे ते मैं जरा हल्का इंचार्ज नाल डील कर लवां क्योंकि इह ज्यादा क्योंकि उहनां दे बेस दे उत्ते उहनां दी पोस्टिंग्स ने उहनां दे बेस दे उत्ते उह हैगा हुण मैनूं तां इह अनफॉर्चुनेट लगदा हैगा जी कि पिछली सरकार दे विच ਉਹ ਬੜਾ ਉਹਨਾਂ ਨੇ ਜੋ ਡਿਸੀਜਨ ਲਿਆ ਹਲਕਾ ਇੰਚਾਰਜ ਦਾ ਤਾਂ ਹੁਣ ਤਾਂ ਕਾਂਗਰਸ 'ਚ ਵੀ ਆ ਗਿਆ ਨਾ ਉਹ ਹੁਣ ਤਾਂ ਸਾਰੇ 'ਚ ਆ ਗਿਆ ਜਦੋਂ ਪਹਿਲਾਂ ਅਕਾਲੀਆਂ 'ਚ ਸੀ ਜਦੋਂ ਸਿੱਖ ਲਿਆ ਜੀ ਹਾਂਜੀ ਫਿਰ ਉਸ ਨੂੰ ਤਾਂ ਹੁਣ ਛੱਡਣੋ ਰਹੇ ਹੁਣ ਤਾਂ ਤੂੰ ਵਧੂਗਾ ਘਟੂਗਾ ਥੋੜੀ ਜੀ ਹੁਣ ਤਾਂ ਦੇਖੋ ਨਾ ਹਲਕਾ ਇੰਚਾਰਜ ਨੇ ਆਪਦੇ ਆਪਦੇ ਪਸੰਦ ਦੇ ਬੰਦੇ ਲਵਾਉਣੇ ਨੇ ਅਤੇ ਫਿਰ ਉਹਨਾਂ ਨੇ ਉੱਥੇ ਉਹਨਾਂ ਤੋਂ ਕੰਮ ਲੈਣੇ ਨੇ ਫਿਰ ਜਾਇਜ਼ ਨਜਾਇਜ਼ ਕੰਮ ਲੈਣੇ ਨੇ ਵੈਰੀ ਅਨਫੋਰਚੁਨੇਟ ਜੀ ਇਹ ਜਾਇਜ਼ ਨਜਾਇਜ਼ ਕੰਮ ਹੁੰਦੇ ਨੇ ਜੀ ਜੀ ਦੋ ਕਿਸਮ ਦੇ ਡਿਸੀਜਨ ਲਏ ਜਾਂਦੇ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਜੀ ਕਿ ਮੇਰੇ ਕੋਲ ਕੋਈ ਬੰਦਾ ਆਉਂਦਾ ਮੈਂ ਉਹਨੂੰ ਕਹਿੰਦਾ ਵੀ ਬੱਚੇ ਇਹ ਤੁਹਾਡਾ ਕੰਮ ਨਹੀਂ ਹੋ ਸਕਦਾ ਜੀ ਅਚਾਨਕ ਕੋਈ ਮਿਨਿਸਟਰ ਕਹਿ ਦਿੰਦਾ ਤੇ ਮੈਂ ਉਹ ਕੰਮ ਕਰ ਦਿੰਦਾ ਉਸਦਾ ਮੇਰੇ 'ਤੇ ਕੀ ਫੇਥ ਰਹੇਗਾ ਜੀ ਉਹ ਹੁਣ ਹੋ ਰਿਹਾ ਬਿਲਕੁਲ ਕਿ ਹਾਂਜੀ ਹਾਂਜੀ ਤੂੰ ਯਾਰ ਇੰਜ ਕਰ ਮੰਤਰੀ ਤੋਂ ਕਹਾ ਦੇ ਅਸੀਂ ਉਹ ਕਹਿਣ ਲੱਗ ਗਏ ਬਿਲਕੁਲ ਇਹ ਜਿਹੜੀ ਚੀਜ਼ ਹੈ ਇਹ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਕਿ ਜ਼ਿਆਦਾਤਰ ਹੋਣੀ ਬਹੁਤ ਅਨਫਾਰਚੂਨੇਟ ਹੈ ਸੱਚਮੁੱਚ ਜਿਹੜੀ ਭਾਵੇਂ ਇਹ ਕੰਗ ਸਾਹਿਬ ਨੇ ਕਈ ਗੱਲਾਂ ਜਿਹੜੀਆਂ ਹੱਸਦੇ ਹੱਸਦੇ ਕਹੀਆਂ ਨੇ ਪਰ ਸੱਚਮੁੱਚ ਹੀ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਬਣਾ ਲਿਆ ਸਮਾਜ ਦੇ ਵਿੱਚ ਇਹੋ ਜਿਹਾ ਕੁਛ ਜਿਹੜਾ ਪੈਦਾ ਹੋ ਗਿਆ ਅਤੇ ਜਿਹੜੇ ਜਿਹਦੇ ਕਾਰਨ ਕੋਈ ਵੀ ਸੰਵੇਦਨਸ਼ੀਲ ਬੰਦਾ ਉਹ ਹੁਣ ਅੰਦਰੋਂ ਰੋਏ ਬਿਨਾਂ ਨਹੀਂ ਰਹਿ ਸਕਦਾ ਉਹਨੂੰ ਦੁੱਖ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜ ਰਹੇ ਹਾਂ ਤੋ ਇਹ ਸਮਾਜ ਸਿਰਜ ਰਹੇ ਹਾਂ ਜਿਹਦੇ ਵਿੱਚ ਕੁਝ ਵੀ ਨਹੀਂ ਸਹੀ ਹੋ ਰਿਹਾ ਨਿਆਂ ਦੀ ਜਿਹੜੀ ਦਿਸ਼ਾ ਬਹੁਤ ਗੜਬੜ ਹੈ ਇਸ ਕਿਸਮ ਦੀ ਜਿਹੜੀ ਗੱਲ ਹੈ ਇਹ ਕੋਈ ਚੰਗੀ ਨਹੀਂ ਇਹ ਜਿਹੜੀ ਕੰਗ ਸਾਹਿਬ ਨੇ ਇਸ ਕਿਸਮ ਦੀਆਂ ਖਰੀਆਂ ਗੱਲਾਂ ਅੱਜ ਆਪਣੇ ਨਾਲ ਕੀਤੀਆਂ ਨੇ ਕੰਗ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਖਰੀਆਂ ਗੱਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਮੇਰੇ ਦਰਸ਼ਕ ਤੁਹਾਡਾ ਬਹੁਤ ਬਹੁਤ ਧੰਨਵਾਦ